ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗ ਪੰਥ ਅਰਜਨ ਗੁਰੂ ਮਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਜ ਬਿਕਾਰ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਕਬੀਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਮੰਦ ਮੰਦ ਚਲੇ ਦਿਨ ਦੁਆਦਸ਼ ਮੈਂ ਗਏ, ਮੰਦ ਮੰਦ ਚਲੇ ਦਿਨ ਦੁਆਦਸ਼ ਮੈਂ ਗਏ, ਤਹਿ ਬੈਸ ਗਏ ਨਿਕਟ ਥਾਨ ਜਾਏ ਸੁਖ ਦਾਨਿਆ, ਜਾਨੀਏ ਮਦੀਨਾ ਮਰਦਾਨੇ ਆਬ ਦੇਖ ਆਓ, ਦੇਖ ਵੇਖੀ ਚਾਹੇ ਜਾਂ ਕੁਰੇ ਦਾ ਲਲ ਚਾਨਿਆ, ਮੰਦ ਮੰਦ ਚਲੇ ਦਿਨ ਦੁਆਦਸ਼ ਮੈਂ ਗਏ ਤਹੈ। ਪਤਤ ਪਾਵਨ ਭਗਤ ਬਖਸ਼ਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖ਼ਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਰਸਨਾ ਕਰੋ ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸ਼੍ਰਵਣ ਕਰਦੇ ਆ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ
ਜਿਨ੍ਹਾਂ ਨੇ ਬਚਨ ਕੀਤਾ ਹੈ ਕਿ ਭਾਈ ਮਰਦਾਨਾ ਸਾਹਿਬ ਜੀ ਅਸੀਂ ਦੁਨੀਆ ਦੇ ਵਿੱਚ ਵੱਡੇ ਤੋਂ ਵੱਡੇ ਕਿਸੇ ਦਾ ਵੀ ਬਚਨ ਮੋੜ ਸਕਦੇ ਪਰ ਤੇਰਾ ਬਚਨ ਨਹੀਂ ਮੋੜ ਸਕਦੇ ਕਿਉਂਕਿ ਭਾਈ ਮਰਦਾਨਾ ਸਾਹਿਬ ਨੇ ਸਾਰੀ ਉਮਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਜਗਤ ਗੁਰੂ ਸ੍ਰੀ ਗੁਰੂ ਬਾਬਾ ਨਾਨਕ ਦੇਵ ਸਾਹਿਬ ਜੀ ਨੂੰ ਸ਼ਰਵਣ ਕਰਾਇਆ ਹੈ ਔਰ ਜਿਹੜੀ ਸੇਵਾ ਕੀਤੀ ਹੁੰਦੀ ਨਾ ਕਿਸੇ ਨੇ ਵੀ ਇਹ ਕਦੀ ਵੀ ਗਵਾਚਦੀ ਨਹੀਂ ਮਾਲਕ ਸੇਵਾ ਦਾ ਮੁੱਲ ਇੱਕ ਨਾ ਇੱਕ ਦਿਨ ਪਾਉਂਦਾ ਹੀ ਹੈ ਸਤਿਗੁਰੂ ਜੀ ਕਹਿੰਦੇ ਜਿਹੜੀ ਰੱਬ ਕਿਰਪਾ ਕਰਕੇ ਦਾਤ ਦਿੰਦਾ ਇਹਨੂੰ ਕੋਈ ਖੋਹ ਨਹੀਂ ਸਕਦਾ ਆਪਾਂ ਰਹਿਰਾਸ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹਾਂ ਕਰਮ ਮਿਲੈ ਨਾ ਹੀ ਠਾਕ ਰਹਾਈਆ ਜਦੋਂ ਕਿਰਪਾ ਕਰਕੇ ਕੋਈ ਚੀਜ਼ ਦਿੰਦਾ ਹੈ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਦੋ ਚੀਜ਼ਾਂ ਏਦਾਂ ਦੀਆਂ ਨੇ ਇੱਕ ਸੇਵਾ ਤੇ ਇੱਕ ਸਿਮਰਨ ਜਿਹਨੂੰ ਹੋਰ ਕੋਈ ਖੋਹ ਨਹੀਂ ਸਕਦਾ ਲਿਜਾ ਨਹੀਂ ਸਕਦਾ ਜਿਹਨੇ ਵੀ ਸੇਵਾ ਕੀਤੀ ਹੈ ਉਹ ਮੁੜ ਕੇ ਉਹਦੇ ਕੋਲ ਹੀ ਆਉਂਦੀ ਹੈ ਜਿਵੇਂ ਕਿਸੇ ਨੇ ਆਪਣੇ ਹੱਥ ਨੂੰ ਕੜਾ ਪਾਇਆ ਤੇ ਉਹਨੂੰ ਹੀ ਪਿਆ ਜੇ ਕਿਸੇ ਦੇ ਗਲ ਦੇ ਵਿੱਚ ਸਰੂਪਾ ਪਿਆ ਤੇ ਸਰੂਪਾ ਉਹਨੂੰ ਹੀ ਪ੍ਰਾਪਤ ਹੋਇਆ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਤੂੰ ਕਿਸੇ ਦੀ ਵੀ ਸੇਵਾ ਕਰ ਮੁੜ ਕੇ ਉਹ ਤੇਰੇ ਕੋਲ ਹੀ ਆਉਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਦੀ ਸੇਵਾ ਦਾ ਇੰਨਾ ਸਤਿਕਾਰ ਕਰਦੇ ਨੇ ਮਦੀਨਾ ਭਾਵੇਂ ਉੱਥੋਂ ਲਗਭਗ 240 ਮੀਲ ਦੂਰ ਹੈ ਪਰ ਫਿਰ ਵੀ ਮਦੀਨੇ ਦੀ ਯਾਤਰਾ ਕਰਾਉਣ ਵਾਸਤੇ ਭਾਈ ਮਰਦਾਨੇ ਨੂੰ ਲੈ ਕੇ ਗਏ ਸੇਵਾ ਚਾਅ ਤੇ ਸ਼ਰਧਾ ਨਾਲ ਕਰਨ ਦਾ ਸਤਿਗੁਰੂ ਬਲ ਬਖਸ਼ੇ ਸਾਰਿਆਂ ਨੂੰ ਕੀਤੀ ਹੋਈ ਸੇਵਾ ਬਾਰੇ ਇੱਕ ਗੱਲ ਕਹਿ ਕੇ ਅੱਗੇ ਕਥਾ ਸ਼ੁਰੂ ਕਰਾਂ ਧੰਨ ਬਾਬਾ ਫਰੀਦ ਸਾਹਿਬ ਜੀ ਦਾ ਸੇਵਾਦਾਰ ਸੀ ਜਮਾਲ ਇੱਕ ਉਹਨਾਂ ਦਾ ਪੁੱਤਰ ਸੀ ਜਮਾਲ ਅਖੀਰਲੇ ਸਮੇਂ ਜਮਾਲ ਨੂੰ ਬੜੀਆਂ ਆਵਾਜ਼ਾਂ ਮਾਰੀਆਂ ਪਰ ਉਹਨੇ ਜਵਾਬ ਕੋਈ ਨਾ ਦਿੱਤਾ ਸਰੀਰ ਛੱਡਣ ਲੱਗਿਆਂ ਵੀ ਬੜੀਆਂ ਆਵਾਜ਼ਾਂ ਮਾਰੀਆਂ ਪਰ ਉਹ ਆਇਆ ਨਾ ਜਦੋਂ ਆਉਂਦਾ ਜਮਾਲ ਸੇਵਾਦਾਰ ਹੀ ਆਉਂਦਾ ਜਮਾਲ ਪੁੱਤ ਨਾ ਆਉਂਦਾ
ਅਖੀਰ ਜੋਤੀ ਜੋਤ ਸਮਾ ਗਏ। ਜਮਾਲ ਸੇਵਾਦਾਰ ਲੱਕੜ ਦੀ ਰੋਟੀ, ਇੱਕ ਸੇਲੀ ਇੱਕ ਟੋਪੀ, ਗਲ ਦਾ ਚੂਲਾ, ਪੈਰਾਂ ਦੀਆਂ ਖੜਾਵਾਂ ਲੈ ਕੇ ਤੁਰ ਪਿਆ ਬਾਬਾ ਫਰੀਦ ਸਾਹਿਬ ਦੀਆਂ, ਜਿਹੜੀ ਉਹਨਾਂ ਦੀ ਅਮਾਨਤ ਸੀ, ਬਖਸ਼ਿਸ਼ ਸੀ। ਜਮਾਲ ਜਿਹੜਾ ਪੁੱਤ ਸੀ ਉਹ ਭੱਜ ਕੇ ਆਣ ਕੇ ਉਹਨੇ ਅੱਗਿਓਂ ਘੇਰ ਲਿਆ ਵੀ ਇਹ ਚੀਜ਼ਾਂ ਸਾਡੀਆਂ ਨੇ, ਮੇਰੇ ਪਿਤਾ ਦੀਆਂ ਨੇ, ਤੂੰ ਨਹੀਂ ਲਿਜਾ ਸਕਦਾ। ਇੱਕ ਗੱਲ ਚੇਤੇ ਰੱਖਿਓ, ਸੇਵਾ ਕੀਤੀ ਨੂੰ ਕੋਈ ਖੋ ਨਹੀਂ ਸਕਦਾ। ਉਹਨੇ ਸਾਰੀਆਂ ਚੀਜ਼ਾਂ ਧਰਤੀ 'ਤੇ ਰੱਖਤੀਆਂ, ਕਹਿੰਦਾ ਜੇ ਚੁੱਕ ਸਕਦਾ ਤਾਂ ਚੁੱਕ ਕੇ ਲੈ ਜਾ। ਇੱਕ ਲੱਕੜ ਦੀ ਰੋਟੀ ਨਹੀਂ ਜਮਾਲ ਪੁੱਤ ਤੋਂ ਹਿੱਲੀ। ਇਹ ਸੇਲੀ ਕਿੱਡੀ ਕੁ ਹੁੰਦੀ, ਮਾਲਾ ਕਿੱਡੀ ਕੁ ਹੁੰਦੀ, ਕਿੰਨੀ ਕੁ ਭਾਰੀ ਹੁੰਦੀ, ਕਿ ਇੱਕ ਮਾਲਾ ਨਹੀਂ ਉਹਦੇ ਤੋਂ ਹਿੱਲੀ। ਬੜਾ ਜ਼ੋਰ ਲਾਇਆ, ਜਦੋਂ ਨਾ ਕੋਈ ਚੀਜ਼ ਚੁੱਕੀ ਗਈ ਤੇ ਜਮਾਲ ਸੇਵਾਦਾਰ ਕਹਿੰਦਾ ਇਹ ਸੇਵਾ ਕਰਕੇ ਚੀਜ਼ਾਂ ਮਿਲਦੀਆਂ ਨੇ, ਚਲਾਕੀਆਂ ਨਾਲ ਨਹੀਂ ਮਿਲਦੀਆਂ, ਇਹ ਸਿਆਣਪਾਂ ਨਾਲ ਨਹੀਂ ਮਿਲਦੀਆਂ, ਇਹ ਚਤਰਾਈਆਂ ਨਾਲ ਨਹੀਂ ਮਿਲਦੀਆਂ, ਇਹ ਤਾਕਤਾਂ ਨਾਲ ਨਹੀਂ ਮਿਲਦੀਆਂ। ਜੇ ਰੱਬ ਦੇ ਘਰੋਂ ਚਤਰਾਈ ਚਲਾਕੀ ਤਾਕਤ ਦੇ ਨਾਲ ਕੁਝ ਮਿਲਦਾ ਹੋਵੇ ਤਾਂ ਫਿਰ ਮਹਾਰਾਜ ਬਾਣੀ 'ਚ ਕਿਉਂ ਲਿਖਦੇ ਚਤੁਰਾਈ ਨਾ ਚਤੁਰ ਭੁਜ ਪਾਈਐ। ਸਤਿਗੁਰੂ ਕਿਉਂ ਕਹਿੰਦੇ ਸਹਿਸ ਸਿਆਣਪਾਂ ਲੱਕ ਹੋਏ ਤਾਂ ਇੱਕ ਨਾ ਚੱਲੇ ਦਾਲ। ਸਭ ਤੋਂ ਵੱਡੀ ਤਾਕਤ ਹੈ ਸੇਵਾ ਦੇ ਵਿੱਚ, ਭਾਵੇਂ ਸਾਰੀ ਦੁਨੀਆ ਇੱਕ ਪਾਸੇ ਹੋ ਜਾਵੇ। ਉਹ ਜਮਾਲ ਗਰੀਬ ਸੀ, ਸੇਵਾਦਾਰ ਸੀ, ਇੱਕ ਜਮਾਲ ਪੁੱਤ ਸੀ ਬਾਬਾ ਫਰੀਦ ਦਾ। ਉਹਨੇ ਬੜਾ ਯਤਨ ਕੀਤਾ ਘੇਰ ਲਿਆ ਜਾ ਕੇ, ਜਦੋਂ ਨਾ ਕੁਝ ਚੁੱਕਿਆ ਗਿਆ ਫਿਰ ਹਾਰ ਕੇ ਮਿਹਨਤ ਕੀਤੀ, ਬੇਨਤੀ ਕੀਤੀ ਏਦਾਂ ਨਾ ਕਰ, ਅਸੀਂ ਭੁੱਖੇ ਮਰ ਜਾਂਗੇ, ਕੋਈ ਨਿਸ਼ਾਨੀ ਤੇ ਦੇ ਕੇ ਜਾ ਸਾਨੂੰ ਬਾਬਾ ਫਰੀਦ ਸਾਹਿਬ ਦੀ। ਜਮਾਲ ਸੇਵਾਦਾਰ ਨੇ ਵਚਨ ਕੀਤਾ, ਉਹ ਕਹਿੰਦਾ ਤੁਸੀਂ ਕਦੀ ਵੀ ਭੁੱਖੇ ਨਹੀਂ ਮਰੋਗੇ, ਪਰ ਇਹ ਜਿਹੜੀਆਂ ਨਿਸ਼ਾਨੀਆਂ ਨੇ ਬਾਬਾ ਫਰੀਦ ਸਾਹਿਬ ਦੀਆਂ, ਇਹ ਜਿਹਨੂੰ ਉਹ ਦੇ ਗਏ ਨੇ ਉਹਦੇ ਕੋਲ ਹੀ ਰਹਿਣਗੀਆਂ, ਤੁਸੀਂ ਉਹਨਾਂ ਦਾ ਪਰਿਵਾਰ ਆ, ਕਦੀ ਵੀ ਭੁੱਖੇ ਨਹੀਂ ਮਰ ਸਕਦੇ। ਉੱਥੇ ਬੜੀਆਂ ਸੋਹਣੀਆਂ ਤਿੰਨ ਚਾਰ ਲਾਈਨਾਂ ਲਿਖੀਆਂ ਨੇ, ਚਿਲਕਾਇਨ ਮੰਗਾਂ ਚੂੜੀਆਂ, ਸੌ ਬਾਜੋ ਗੱਲਾਂ ਕੂੜੀਆਂ, ਸ਼ਾਹ ਸ਼ਰਫ ਨਾ ਥੀਓ ਉਤਾਵਲਾ, ਹਿੱਕ ਚੋਟਨ ਥੀਂਦੇ ਚਾਵਲਾ, ਸ਼ਾਹ ਸ਼ਰਫ ਰੱਬ ਵਾਸਤੇ ਜੇ ਤੂੰ ਉਤਾਵਲਾ ਇੰਨਾ ਵਾ ਤੇ ਰੱਬ ਚੂੜੀਆਂ ਪਾ ਕੇ ਨਹੀਂ ਮਿਲਦਾ, ਕੱਪੜੇ ਪਾ ਕੇ ਨਹੀਂ ਮਿਲਦਾ, ਇਹ ਤੇ ਚੌਲਾਂ ਵਾਂਗ ਸਿਰ ਤੇ ਸੱਟਾਂ ਖਾਣੀਆਂ ਪੈਂਦੀਆਂ ਨੇ, ਸੇਵਾ ਕਰਨੀ ਪੈਂਦੀ ਹੈ,
ਕਮਾਈ ਕਰਨੀ ਪੈਂਦੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਜੀ, ਸਾਰੀ ਦੁਨੀਆ ਦਾ ਬਚਨ ਮੋੜ ਸਕਦਾ ਪਰ ਤੂੰ ਕੀਰਤਨ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ, ਇਸ ਕਰਕੇ ਤੇਰਾ ਬਚਨ ਨਹੀਂ ਮੋੜ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਲੈ ਕੇ ਮਦੀਨੇ ਦੇ ਦਰਸ਼ਨ ਕਰਾਉਣ ਗਏ ਨੇ ਜਿੱਥੇ ਮੁਹੰਮਦ ਸਾਹਿਬ ਨੇ ਸਰੀਰ ਛੱਡਿਆ ਹੈ। ਤਾਂ ਉਸ ਮਦੀਨੇ ਦੀ ਧਰਤੀ ਉੱਤੇ ਜਿਵੇਂ ਸਤਿਗੁਰੂ ਜੀ ਚੱਲ ਕੇ ਜਾਂਦੇ ਨੇ, ਆਓ ਸੁਣਦਾ ਯਤਨ ਕਰੀਏ। ਭਾਈ ਸਾਹਿਬ ਜੀ ਫਰਮਾਉਂਦੇ ਹਨ, ਵਾਹਿਗੁਰੂ ਸਾਹਿਬ ਜੀ ਕਵਿਤ ਮੰਦ ਮੰਦ ਚੱਲੇ ਦਿਨ ਦੁਆਦਸ਼ ਮੈਂ ਗਏ ਤਹਿ ਬੈਸ ਗਏ ਨਿਕਟ ਥਾਨ ਜਾਏ ਸੁਖ ਦਾਨਿਆ। ਹੌਲੀ ਹੌਲੀ ਤੁਰਦੇ ਜਾ ਰਹੇ ਨੇ, 12 ਦਿਨ ਲੱਗ ਗਏ ਮੱਕੇ ਤੋਂ ਮਦੀਨੇ ਜਾਂਦਿਆਂ। ਬਹਿ ਕੇ ਨੇ ਜਾ ਕੇ ਸੁੱਖ ਨੂੰ ਦੇਣ ਵਾਲੇ ਸਤਿਗੁਰੂ ਜੀ ਕਿਸੇ ਥਾਂ ਉੱਪਰ ਜਾਣੀਏ ਮਦੀਨਾ ਮਰਦਾਨੇ ਆਪ ਦੇਖ ਆਓ ਦੇਖ ਬਾਕੀ ਚਾਹੇ ਜਾਂ ਘੁਰ ਦਾ ਲਲ ਚਾਨਿਆ। ਕੀ ਕਹਿੰਦੇ ਸੱਚੇ ਪਾਤਸ਼ਾਹ ਭਾਈ ਮਰਦਾਨਾ, ਜਾਪ ਦਾ ਮਦੀਨਾ ਆ ਗਿਆ ਹੈ ਤੇ ਜਾ ਜਾ ਕੇ ਦੇਖਿਆ, ਕਿਉਂ ਤੇਰੇ ਮਨ ਦੇ ਵਿੱਚ ਦੇਖਣ ਦੀ ਬੜੀ ਚਾਹ ਹੈ ਤੇ ਤੇਰਾ ਹਿਰਦਾ ਜਿਹੜਾ ਹੈ ਉਹ ਲਲਚਾਇਆ ਹੋਇਆ ਹੈ ਮਦੀਨੇ ਨੂੰ ਦੇਖਣ ਵਾਸਤੇ। ਦੇਹਗੇ ਹਟਾਏ ਕੈਸੇ ਦੇਖੋ ਥਾਨ ਜਾਏ ਪ੍ਰਭੂ ਸੁਣ ਮੁਸਕਾਨੇ ਮੁਖ ਬਚਨ ਬਖਾਨਿਆ। ਤੇ ਕੀ ਬਚਨ ਕੀਤੇ, ਕੀ ਕਿਹਾ ਸੱਚੇ ਪਾਤਸ਼ਾਹ ਦੇ ਭਾਈ ਮਰਦਾਨੇ ਨੇ ਬੇਨਤੀ ਕੀਤੀ, ਕਹਿੰਦੇ ਦੇਹਗੇ ਹਟਾਏ ਕੈਸੇ ਥਾਨ ਦੇਖੋ ਜਾਏ ਪ੍ਰਭੂ। ਕਹਿੰਦੇ ਉੱਥੇ ਮੱਕੇ ਵੀ ਉਹਨਾਂ ਨੇ ਅੰਦਰ ਤੇ ਜਾਣ ਨਹੀਂ ਦਿੱਤਾ ਤੇ ਹੁਣ ਵੀ ਇਹਨਾਂ ਮੈਨੂੰ ਜਾਪਦਾ ਅੰਦਰ ਨਹੀਂ ਜਾਣ ਦੇਣਾ, ਮਾੜੇ ਬੰਦੇ ਨੂੰ ਕੌਣ ਲੰਘਣ ਦਿੰਦਾ ਹੈ। ਇਹ ਹਰਿਮੰਦਰ ਸਾਹਿਬ ਹੀ ਆ ਜਿੱਥੇ ਸਾਰੇ ਮੱਥਾ ਟੇਕ ਸਕਦੇ, ਨਹੀਂ ਤੇ ਜਿਹੜੇ ਵੱਡੇ ਵੱਡੇ ਮੰਦਰ ਆ ਨਾ, ਵਿਸ਼ਵਨਾਥ ਜੀ ਦਾ ਮੰਦਰ ਹੈ, ਲਾਈਨਾਂ ਲੱਗ ਜਾਂਦੀਆਂ ਤੇ ਪਾਂਡੇ ਕਹਿੰਦੇ ਆ ਲਿਆ 5,000 ਰੁਪਈਆ ਦੇ ਤੈਨੂੰ ਸਪੈਸ਼ਲ ਲਾਈਨ ਖੜੀ ਲੈ ਜਾਂਦੇ, ਮੱਥਾ ਟੇਕਣ ਦਾ ਵੀ ਮੁੱਲ ਲੱਗਦਾ ਹੈ। ਗਰੀਬ ਬੰਦੇ ਨੂੰ ਕੌਣ ਨੇੜੇ ਜਾਣ ਦਿੰਦਾ ਕਿਸੇ ਚੀਜ਼ ਤੇ, ਗਰੀਬ ਨੂੰ ਤੇ ਦਬਕਾ ਵੱਜਦਾ ਕਿੱਧਰ ਮੂੰਹ ਚੁੱਕਿਆ ਆਪਦੀ ਸ਼ਕਲ ਨਹੀਂ ਵੇਖੀ। ਇਹ ਗੁਰੂ ਦਾ ਘਰ ਐਸਾ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਕਹਿੰਦਾ, ਮਹਾਰਾਜ ਗਰੀਬ ਆ, ਕਿਸੇ ਨੇ ਉੱਥੇ ਕੀ ਪਤਾ ਜਾਣ ਵੀ ਦੇਣਾ ਨੇੜੇ ਕਿ ਨਹੀਂ ਜਾਣ ਦੇਣਾ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਮੋੜ ਦੇਣਗੇ ਮੈਨੂੰ। ਨੈਣ ਇਹਾਂ ਬਾਂਦੇ ਨਹੀਂ ਤੁਰਕ ਸਰੂਪ ਤੇਰੋ ਵਰਜੇ ਨੇ ਕੋ ਬਿਨ ਸ਼ੰਕ ਹੋਇਆ ਪਿਆ ਨਿਹਾ। ਸਤਿਗੁਰੂ ਜੀ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ, ਮਰਦਾਨਿਆ ਉੱਥੇ ਮੱਕੇ 'ਚ ਤੇ ਤੇਰੀਆਂ ਅੱਖਾਂ ਬੰਨ੍ਹ ਦਿੱਤੀਆਂ ਸੀ ਕਾਬੇ 'ਚ, ਪਰ ਇੱਥੇ ਅੱਖਾਂ ਨਹੀਂ ਬੰਨ੍ਹਦੇ, ਤੇ ਨਾਲੇ ਤੇਰਾ ਸਰੀਰ ਤੇਰਾ ਰੂਪ ਪਹਿਰਾਵਾ ਮੁਸਲਮਾਨਾਂ ਵਾਲਾ, ਮੁਸਲਮਾਨਾਂ ਦੇ ਘਰ ਦਾ ਸਰੀਰ ਹੈ,
ਇਸ ਕਰਕੇ ਤੈਨੂੰ ਕਿਸੇ ਨੇ ਨਹੀਂ ਰੋਕਣਾ, ਬਿਨਾਂ ਸ਼ੱਕ ਤੋਂ ਜਾ ਕੇ ਮਦੀਨੇ ਦੇ ਵਿੱਚ ਉਹ ਪਵਿੱਤਰ ਜਗ੍ਹਾ ਜਿੱਥੇ ਮੁਹੰਮਦ ਸਾਹਿਬ ਨੇ ਸਰੀਰ ਛੱਡਿਆ, ਉਹਦੇ ਦਰਸ਼ਨ ਕਰ। ਤੁਰਕ ਅਜਿਹੇ ਪੱਟ ਪਏ ਹੋ ਨਾ ਸਾਥੀ ਤਿੰਨ, ਤੁਮਰੇ ਚਰਨ ਕੀ ਸ਼ਰਨ ਗਹਿਲੀਨੀ ਹੈ। ਜਦੋਂ ਮਹਾਰਾਜ ਨੇ ਆਖਿਆ ਨਾ ਵੀ ਤੁਮੀ ਤੇ ਮੁਸਲਮਾਨ ਹੀ ਹੈ, ਭਾਈ ਮਰਦਾਨਾ ਖਿੱਚ ਗਿਆ, ਕਹਿੰਦਾ ਤੁਰਕ ਪੈਣ ਭੱਠ ਦੇ ਵਿੱਚ ਜਾ ਕੇ, ਮੈਂ ਕੋਈ ਮੁਸਲਮਾਨ ਨਹੀਂ, ਠੀਕ ਹੈ ਜਨਮ ਦਾ ਮੁਸਲਮਾਨ ਹੋਊਗਾ, ਭੱਠ ਪੈਣ ਤੁਰਕ, ਮੈਂ ਨਹੀਂ ਉਹਨਾਂ ਦਾ ਸਾਥੀ। ਜਦੋਂ ਤੋਂ ਤੁਹਾਡੇ ਚਰਨਾਂ ਦੀ ਸ਼ਰਨ ਲੈ ਲਈ ਹੈ, ਉਦੋਂ ਤੋਂ ਬਾਅਦ ਮੇਰਾ ਯਕੀਨ ਤੇਰੇ ਉੱਤੇ ਆ, ਨਾ ਕਿ ਕਿਸੇ ਹੋਰ ਉੱਪਰ। ਸ੍ਰੀ ਗੁਰੂ ਬਖਾਨੀ ਜੋ ਤਾਂ ਐਸੇ ਦੇਡੇ ਜਾਨੀ ਮਾਨ, ਮੱਕੇ ਕੋ ਪਿਖਣ ਚਾਹੀ ਇਤੀ ਕੈਸੇ ਕੀਨੀ ਹੈ। ਤਾਂ ਮਹਾਰਾਜ ਕਹਿੰਦੇ ਜੇ ਇੰਨਾ ਤੈਨੂੰ ਸਾਡੇ ਤੇ ਭਰੋਸਾ ਵਾ, ਯਕੀਨ ਆ, ਜੇ ਸਾਡਾ ਸਿੱਖ ਆ, ਏਡਾ ਤੇਰਾ ਮਨ ਪੱਕਾ ਵਾ, ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ, ਤਾਂ ਫਿਰ ਮੱਕੇ ਨੂੰ ਦੇਖਣ ਦੀ ਇੰਨੀ ਦ੍ਰਿੜ ਇੱਛਾ ਕਿੱਦਾਂ ਪੈਦਾ ਹੋ ਗਈ, ਇੰਨੀ ਪ੍ਰਬਲ ਇੱਛਾ ਕਿੱਦਾਂ ਤੇਰੇ ਮਨ 'ਚ ਆ ਗਈ ਵੀ ਮੱਕੇ ਦੇ ਦਰਸ਼ਨ ਕਰਨੇ ਚਾਹੀਦੇ ਹਨ। ਪੂਜਨ ਨਾ ਆਇਓ ਹੋ ਤੋ ਦੇਖਣ ਨਾ ਕਾਜ ਮੇਰੋ, ਤੁਰਕ ਤਾਰੀਫ ਕਰੇ ਜਾਨੀ ਮਤ ਹੀ ਨਹੀਂ ਹੈ। ਤਾਂ ਭਾਈ ਮਰਦਾਨਾ ਕਹਿੰਦਾ ਸਤਿਗੁਰੂ ਜੀ, ਮੈਂ ਕੋਈ ਪੂਜਣ ਨਹੀਂ ਆਇਆ ਮੱਕੇ ਨੂੰ, ਸਾਡਾ ਭਾਈਚਾਰਾ ਮੁਸਲਮਾਨਾਂ 'ਚ ਤਾਰੀਫ ਬੜੀ ਕਰਦੇ ਆ, ਇਸ ਕਰਕੇ ਮੈਂ ਆਖਿਆ ਚੱਲ ਦੇਖ ਲਈਏ ਵੀ ਇੱਥੇ ਹੈ ਕੀ, ਇੱਥੇ ਬਣਿਆ ਕੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਤਾਂ ਮੈਂ ਇੱਥੇ ਆਇਆ ਵਾਂ, ਪਰ ਇੱਕ ਗੱਲ 'ਤੇ ਮੈਂ ਜਾਣੀ ਆ ਵੀ ਮਤ ਤੋਂ ਹੀਣ, ਦੂਸਰੇ ਧਰਮਾਂ ਨਾਲ ਨਫ਼ਰਤ ਕਰਦੇ ਹੈ, ਦੂਸਰੇ ਬੰਦਿਆਂ ਨੂੰ ਚੰਗਾ ਨਹੀਂ ਸਮਝਦੇ, ਭਾਵੇਂ ਕਿ ਸਾਰੇ ਹੀ ਰੱਬ ਦੇ ਪੈਦਾ ਕੀਤੇ ਹੋਏ ਨੇ। ਇਸ ਕਰਕੇ ਸਤਿਕਾਰ ਕਰਨਾ ਹੋਰ ਚੀਜ਼ ਹੁੰਦੀ ਆ, ਮੰਨਣਾ ਹੋਰ ਚੀਜ਼ ਹੁੰਦੀ। ਮੈਂ ਈਸਾ ਮਸੀਹ ਜੀ ਦਾ ਸਤਿਕਾਰ ਕਰਦਾ, ਉਹਨਾਂ ਦਾ ਪਿਆਰ ਵਾਲਾ ਸੁਭਾਅ, ਉਹਨਾਂ ਦੀ ਸੇਵਾ, ਮੈਂ ਉਹਨਾਂ ਨੂੰ ਰਿਸਪੈਕਟ ਦਿੰਦਾ, ਪਰ ਇਹਦਾ ਮਤਲਬ ਇਹ ਥੋੜ੍ਹੀ ਵੀ ਮੈਂ ਉਹਨਾਂ ਨੂੰ ਮੰਨਦਾ, ਕਿੰਨਾ ਫਰਕ ਆ। ਹੁਣ ਤੁਹਾਡੇ ਇੱਥੇ ਜਦੋਂ ਕ੍ਰਿਸਮਿਸ ਮਨਾਈ ਜਾਂਦੀ ਆ, ਤੁਸੀਂ ਕਿਸੇ ਗਵਾਂਢੀ ਗੋਰੇ ਨੂੰ ਵਧਾਈ ਦੇ ਦਿੰਦੇ ਤੇ ਤੂੰ ਸਾਈ ਥੋੜ੍ਹੀ ਬਣ ਗਿਆ, ਕਿੰਨਾ ਫਰਕ ਆ। ਪਰ ਆ ਸਿੱਖ ਅੱਜ ਕੱਲ੍ਹ ਦੇ, ਇਹ ਜੇ ਕਿਤੇ ਕੋਈ ਕਿਸੇ ਨੇ ਕਿਸੇ ਦਾ ਸਤਿਕਾਰ ਕਰ ਦਿੱਤਾ ਤੇ ਕਹਿੰਦੇ ਇਹ ਤੇ RSS ਦਾ ਮੈਂਬਰ ਆ। ਸਤਿਕਾਰ ਕਰਨਾ ਹੋਰ ਚੀਜ਼ ਆ, ਮੰਨਣਾ ਹੋਰ ਚੀਜ਼ ਆ। ਕਿਸੇ ਸਤਿਕਾਰ ਤੁਸੀਂ ਹਰ ਇੱਕ ਦਾ ਕਰ ਸਕਦੇ, ਮਹਾਰਾਜ ਨੇ ਕਿੱਥੇ ਆਖਿਆ ਵੀ ਕਿਸੇ ਦੀ ਬੇਇੱਜ਼ਤੀ ਕਰ ਨਿੰਦਿਆ ਕਰ। ਸਤਿਗੁਰੂ ਨੇ ਬਾਣੀ ਦੇ ਵਿੱਚ ਨਿੰਦਿਆ ਦਾ ਤੇ ਸਿਧਾਂਤ ਰੱਖਿਆ ਹੀ ਨਹੀਂ। ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁਖ ਮੁਕਤ ਕਰਨ ਮੋਹ ਕਾਲੇ ਤਿਨ੍ਹਾਂ ਨਿੰਦਕਾਂ ਨਰਕੇ ਘੋਰ ਪਚਾ। ਗੁਰਬਾਣੀ ਮੁਤਾਬਕ ਤੁਸੀਂ ਕਿਸੇ ਦੀ ਨਿੰਦਿਆ ਨਹੀਂ ਕਰ ਸਕਦੇ, ਤੇ ਗੁਰਬਾਣੀ ਦੇ ਵਿੱਚ ਤੇ ਸਭਨਾਂ ਦਾ ਹੀ ਸਤਿਕਾਰ। ਗੁਰਬਾਣੀ ਦੇ ਵਿੱਚ ਰਾਮ ਦਾ ਜ਼ਿਕਰ ਵੀ ਆਉਂਦਾ, ਜਿਹੜਾ ਦਸ਼ਰਥ ਦਾ ਬੇਟਾ ਸੀ ਸ਼੍ਰੀ ਰਾਮ,
ਗੁਰਬਾਣੀ ਵਿੱਚ ਉਸ ਰਾਮ ਦਾ ਵੀ ਜ਼ਿਕਰ ਆਉਂਦਾ ਵਾ ਜਿਹੜਾ ਕਿਸੇ ਦਾ ਵੀ ਬੇਟਾ ਨਹੀਂ ਆ, ਜਿਹੜਾ ਕਿਸੇ ਨੇ ਪੈਦਾ ਨਹੀਂ ਕੀਤਾ, ਜਿਹਨੇ ਸਾਰੀ ਦੁਨੀਆ ਪੈਦਾ ਕੀਤੀ, ਕਿਸੇ ਦਾ ਬਣਾਇਆ ਨਹੀਂ। ਗੁਰਬਾਣੀ ਦੇ ਵਿੱਚ ਕ੍ਰਿਸ਼ਨ ਜੀ ਦਾ ਵੀ ਜ਼ਿਕਰ ਆਉਂਦਾ, ਬੜਾ ਸਤਿਕਾਰ ਦਿੱਤਾ, ਧੰਨ ਧੰਨ ਮਾਤਾ ਦੇਵ ਕੀ ਜਹਾਂ ਖੇਲੇ ਸ੍ਰੀ ਰਮਈਆ ਪਤੀ, ਧੰਨ ਧੰਨ ਬਨ ਖੰਡ ਬਿੰਦਰਾ ਬਣਾ ਜਹਾਂ ਖੇਲੇ ਸ੍ਰੀ ਨਾਰਾਇਣ। ਬੜੀ ਮਿੱਠੀ ਬਾਂਸਰੀ ਵਜਾਉਂਦਾ, ਕਹਿੰਦੇ ਮਸਤ ਕਰ ਦਿੰਦਾ ਹੈ। ਸਤਿਕਾਰ ਰਿਸਪੈਕਟ ਕਰਨੀ ਹੋਰ ਚੀਜ਼ ਆ, ਮੰਨਣਾ ਹੋਰ ਚੀਜ਼। ਅਸੀਂ ਸਤਿਕਾਰ ਸਾਰਿਆਂ ਦਾ ਕਰਦੇ ਹਾਂ, ਪਰ ਮੰਨਦੇ ਗੁਰੂ ਗ੍ਰੰਥ ਸਾਹਿਬ। ਸਾਰੇ ਦੁਨੀਆਂ ਦੇ ਗ੍ਰੰਥ ਸਤਿਕਾਰਯੋਗ, ਪਰ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਝੁਕਦਾ। ਹੁਣ ਗੁਰਬਾਣੀ ਵਿੱਚ ਜਿੱਥੇ ਜਸ਼ੋਦਾ ਦੇ ਕ੍ਰਿਸ਼ਨ ਜੀ ਦਾ ਜ਼ਿਕਰ ਆਇਆ ਹੈ, ਉੱਥੇ ਇੱਕ ਉਸ ਕ੍ਰਿਸ਼ਨ ਦਾ ਵੀ ਜ਼ਿਕਰ ਆਇਆ ਵਾ ਜਿਹਨੂੰ ਰੱਬ ਕਿਹਾ ਜਾਂਦਾ। ਏਕ ਕ੍ਰਿਸ਼ਨੰ ਸਰਬ ਦੇਵ, ਦੇਵ ਦੇਵਾ ਤਾਂ ਆਤਮਾ, ਆਤਮਾ ਵਾਸੁਦੇਵਸ ਜੇ ਕੋ ਜਾਣੇ ਭਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਇੱਕ ਉਹ ਵੀ ਕ੍ਰਿਸ਼ਨ ਆ ਜਿਹੜਾ ਸਾਰੇ ਦੇਵਤਿਆਂ ਦਾ ਹੀ ਦੇਵਤਾ ਹੈ, ਵੱਡਿਆਂ ਤੋਂ ਵੀ ਵੱਡਾ ਹੈ, ਜਿਹੜਾ ਸਾਰੇ ਸਰੀਰਾਂ ਦੇ ਵਿੱਚ ਬੈਠਾ ਹੈ। ਤਾਂ ਇਸ ਕਰਕੇ ਇੱਕ ਗੱਲ ਆ ਚੇਤੇ ਰੱਖਿਓ, ਸਤਿਕਾਰ ਕਰਨਾ ਹੋਰ ਚੀਜ਼ ਹੁੰਦੀ ਹੈ, ਮੰਨਣਾ ਹੋਰ ਚੀਜ਼ ਹੁੰਦੀ ਹੈ। ਇੱਕ ਹੋਰ ਵੀ ਕੰਮ ਹੁੰਦਾ ਵਾ, ਉਹ ਪਖੰਡ ਹੁੰਦਾ, ਉਹ ਦੁਕਾਨ ਵਾਲੇ ਕਰ ਲੈਂਦੇ। ਫਿਰ ਇੱਕ ਬੰਨੇ ਲਛਮੀ ਦਾ ਕੈਲੰਡਰ ਲਾਇਆ ਹੁੰਦਾ, ਇੱਕ ਬੰਨੇ ਬਾਬਾ ਨਾਨਕ ਟੰਗਿਆ ਹੁੰਦਾ, ਇੱਕ ਬੰਦੇ ਕੋਈ, ਇੱਕ ਬੰਦੇ ਕੋਈ ਵੀ, ਜਿਹੜਾ ਵੀ ਆਵੇ ਖਾਲੀ ਕਿਸੇ ਨੂੰ ਨਹੀਂ ਜਾਣ ਦੇਣਾ, ਸਾਰਿਆਂ ਤੋਂ ਹੀ ਪੈਸੇ ਮਾਂਜਣੇ। ਉਹ ਜਿਹੜੇ ਦੁਕਾਨਦਾਰ ਹੁੰਦੇ ਉਹ ਕਿਸੇ ਨੂੰ ਨਹੀਂ ਮੰਨਦੇ ਮੁੰਦੇ ਹੁੰਦੇ, ਉਹਦਾ ਸਮਾਨ ਵੇਚਣਾ ਹੁੰਦਾ ਵੀ ਕੋਈ ਵੀ ਨਾ ਮੁੜ ਕੇ ਜਾਵੇ। ਤਾਂ ਸਤਿਕਾਰ ਕਰਨਾ ਹੋਰ ਚੀਜ਼, ਮੰਨਣਾ ਕਿਸੇ ਨੂੰ ਹੋਰ ਚੀਜ਼ ਹੈ। ਤਾਂ ਇਸ ਕਰਕੇ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਬੇਨਤੀ ਕਰਦੇ, ਬਾਬਾ ਮੰਨਦਾ ਮੈਂ ਤੈਨੂੰ, ਸਿੱਖ ਮੈਂ ਤੇਰਾ, ਪਰ ਮਨ 'ਚ ਇੱਛਾ ਸੀ ਵੀ ਦੇਖੀਏ ਕੀ ਹੈ। ਇਸ ਕਰਕੇ ਦੇਖਣਾ ਤਾਂ ਕੋਈ ਮਾੜਾ ਨਹੀਂ, ਇੱਥੋਂ ਸਿੱਖ ਇਕੱਠੇ ਹੋ ਕੇ ਯਰੂਸ਼ਲਮ ਦੇ ਵਿੱਚ ਚਲੇ ਜਾਓ, ਉੱਥੇ ਦੇਖੋ ਜਾ ਕੇ ਸਾਰਾ ਕੁਝ। ਇੱਥੋਂ ਤੁਸੀਂ ਇਕੱਠੇ ਹੋ ਕੇ ਉੱਥੇ ਪਹਾੜਾਂ ਚਲੇ ਜਾਓ ਜਿੱਥੇ ਬਰਫ਼ ਪੈਂਦੀ ਹੈ, ਦੇਖੋ ਸਾਰਾ ਕੁਝ, ਦੇਖਣ 'ਚ ਕੀ ਹਰਜ ਹੈ। ਤਾਂ ਇਸ ਕਰਕੇ ਦੇਖਣ 'ਚ ਕੋਈ ਹਰਜ ਨਹੀਂ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸਿੱਖ ਤੇਰਾ ਵਾ ਭਾਵੇਂ ਮੁਸਲਮਾਨਾਂ ਘਰ ਜੰਮੇ, ਹਾਂ ਦੇਖਣ ਦੀ ਇੱਛਾ ਵਾ, ਇਸ ਕਰਕੇ ਦੇਖਣ ਵਾਸਤੇ ਆਏ ਹਾਂ। ਅਸੀਂ ਕਹਿ ਗਏ ਜਾਏ ਦੇਖਤ ਸੋ ਪਾਇਓ ਗੋਰ, ਗੂਰ ਕਰੇ ਉਸ ਤਤ ਹਿਰਦੈ ਮਾਹੇ ਚੀਨੀ ਹੈ। ਦੇਖ ਕੇ ਐਸੇ ਕਹਿ ਗਏ ਜਾਏ ਦੇਖਤ ਸੋ ਪਾਇਓ ਗੋਰ, ਇੱਦਾਂ ਕਹਿ ਕੇ ਤੁਰ ਪਿਆ। ਜਾ ਕੇ ਉਹ ਕਬਰ ਦੇਖੀ, ਕਬਰ ਜਿੱਥੇ ਮੁਹੰਮਦ ਸਾਹਿਬ ਨੂੰ ਦਫਨਾਇਆ ਗਿਆ ਸੀ। ਕੂਰ ਕਰੇ ਉਸਤਤ ਹਿਰਦੇ ਮਾਹੇ ਚੀਨੀ, ਤਾਂ ਮਨ ਦੇ ਵਿੱਚ ਸੋਚਿਆ ਵੀ ਜਿੰਨੀ ਇਹ ਗੱਲ ਕਰਦੇ ਨੇ ਓਡੀ ਹੈ ਨਹੀਂ, ਜਿੰਨਾ ਇਹ ਕਹਿੰਦੇ ਨੇ ਉਹ ਗੱਲ ਹੈ ਨਹੀਂ ਇੱਥੇ, ਕਿਉਂ ਧਾਰਮਿਕ ਜਗ੍ਹਾ ਉਹੋ ਹੀ ਸੰਸਾਰ 'ਤੇ ਸਦਾ ਰਹਿੰਦੀ ਹੈ ਜਿੱਥੇ ਵਾਹਿਗੁਰੂ ਦਾ ਕੀਰਤਨ ਹੁੰਦਾ ਰਹੇ, ਹਰੀ ਜਸ ਹੁੰਦਾ ਰਹੇ।
ਜਿਵੇਂ ਜਿਵੇਂ ਕੀਰਤਨ ਹਰੀ ਜਸ ਘਟ ਜਾਂਦਾ ਮਹਾਰਾਜ ਫਿਰ ਪਤਾ ਕੀ ਕਹਿੰਦੇ, ਕਹਿੰਦੇ ਨੇ ਇਹ ਤੇ ਠੱਗ ਨੇ, ਹਰ ਕੇ ਸੰਤਨਾ ਕੀ ਹੈ ਬਨਾਰਸ ਕੇ ਠੱਗ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਤੇ ਜਿੱਥੇ ਨਾਮ ਕੀਰਤਨ ਲਗਾਤਾਰ ਵੱਧਦਾ ਜਾਂਦਾ ਹੈ ਉੱਥੇ ਸਾਰੀ ਬਰਕਤ ਸਮਾਉਂਦੀ ਰਹਿੰਦੀ ਹੈ। ਜਿੱਥੇ ਨਾਮ ਕੀਰਤਨ ਹਟੀ ਜਾਂਦਾ ਉਹ ਭਾਵੇਂ ਜਿੱਡਾ ਮਰਜ਼ੀ ਰੱਬ ਦਾ ਥਾਂ ਹੋਵੇ, ਹੌਲੀ ਹੌਲੀ ਬਰਕਤ ਉੱਡ ਜਾਂਦੀ ਹੈ, ਪਖੰਡ ਬਣ ਜਾਂਦਾ, ਦਿਖਾਵਾ ਬਣ ਜਾਂਦਾ। ਹਰਿਮੰਦਰ ਸਾਹਿਬ ਦੀ ਮਹਾਨਤਾ ਇਸੇ ਕਰਕੇ ਆ ਵੀ ਉੱਥੇ 24 ਘੰਟੇ ਹੀ ਰੱਬ ਦਾ ਨਾਮ ਜਪਿਆ ਜਾਂਦਾ, ਇਸ ਕਰਕੇ ਉਹ ਬਣੀ ਰਵੇਗੀ। ਤੀਰਥਾਂ ਦੀ ਮਹਾਨਤਾ ਕਿਉਂ ਘਟ ਗਈ? ਨਾਮ ਤੇ ਉੱਥੇ ਰਿਹਾ ਨਹੀਂ, ਲੁੱਟਣ ਲੱਗ ਪਏ, ਪਖੰਡ ਕਰਨ ਲੱਗ ਪਏ। ਤਾਂ ਨਾਮ ਦੀਆਂ ਬਰਕਤਾਂ ਹੀ ਆ ਸਾਰੀਆਂ, ਜੇ ਤਾਂ ਹੈ ਫਿਰ ਉੱਥੇ ਬਰਕਤ ਰਹਿੰਦੀ ਹੈ, ਤੇ ਜੇ ਨਾਮ ਨਹੀਂ, ਸਿਮਰਨ ਨਹੀਂ, ਕੀਰਤਨ ਨਹੀਂ, ਬੰਦਗੀ ਨਹੀਂ, ਤੇ ਉੱਥੋਂ ਬਰਕਤ ਜਿਹੜੀ ਉੱਡ ਜਾਂਦੀ ਖਤਮ ਹੋ ਜਾਂਦੀ। ਹੁਣ ਬੰਦੇ ਦੇ ਮਨ ਦੇ ਵਿੱਚ ਪ੍ਰਸ਼ਨ ਆ ਹੀ ਸਕਦਾ ਨਾ ਵੀ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਬਾਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਫਾਲਾ, ਤੀਰਥ ਵਿੱਚ ਇਸ਼ਨਾਨ ਕਰਨ ਬਾਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਐਵੇਂ ਟਾਈਮ ਵੇਸਟ ਹੈ। ਹੁਣ ਦੋ ਗੱਲਾਂ ਉਲਟ ਇੱਕ ਦੂਜੇ ਦੇ ਉਲਟ ਹੋ ਗਈਆਂ ਵੀ ਪਾਣੀ ਉੱਥੇ ਆ, ਪਾਣੀ ਇੱਥੇ। ਤਾਂ ਇੱਥੇ ਇਹ ਕਿਉਂ ਗਿਆ? ਇੱਕ ਬੰਨੇ ਕਹਿੰਦੇ ਨੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਕਿਉਂ ਇੱਥੇ ਹਰੀ ਜਸਾ ਕੀਰਤਨ। ਤਾਂ ਜਿੱਥੇ ਵਾਹਿਗੁਰੂ ਦਾ ਹਰੀ ਜਸ ਕੀਰਤਨ ਹੈ ਉੱਥੇ ਬਰਕਤ ਹੈ, ਇਸ਼ਨਾਨ ਕੀਤਿਆਂ ਵੀ ਉੱਥੇ ਤਨ ਦੇ ਪਾਪ ਜਿਹੜੇ ਨੇ ਉਹ ਕੱਟੇ ਜਾਣਗੇ, ਤੇ ਜਿੱਥੇ ਕੀਰਤਨ ਖਤਮ ਹੈ, ਬਦਗੀ ਖਤਮ ਹੈ, ਸਿਰਫ ਪਖੰਡ ਆ, ਪੂਜਾ ਵਾ, ਠੱਗੀ ਆ ਵੀ ਪੈਸੇ ਦੇਈ ਜਾਓ, ਉੱਥੇ ਤੇ ਫਿਰ ਟਾਈਮ ਵੇਸਟ ਹੀ ਆ। ਮਹਾਰਾਜ ਤੇ ਇੱਥੋਂ ਤੱਕ ਕਹਿ ਦਿੰਦੇ ਨੇ ਫਿਰ ਇੱਕ ਭਾਉ ਲੱਥੀ ਨਹਾਤਿਆਂ ਦੋਏ ਪਾ ਚੜੀਏ ਸਗੋਰ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਤਾਂ ਜਿੰਨੀ ਬਰਕਤ ਉਹ ਤਾਂ ਨਾਮ ਦੇ ਵਿੱਚ ਹੈ। ਤਾਂ ਇਹ ਮਹਾਨਤਾ ਹੈ ਗੁਰੂ ਘਰਾਂ ਦੀ, ਗੁਰੂ ਘਰਾਂ ਦੇ ਸਰੋਵਰਾਂ ਦੀ ਵੀ ਮਹਾਨਤਾ ਹੈ, ਦੇਖਣ ਨੂੰ ਭਾਵੇਂ ਦੋਵੇਂ ਜਗ੍ਹਾ ਹੀ ਪਾਣੀ। ਤਾਂ ਇਸ ਕਰਕੇ ਭਾਈ ਮਰਦਾਨੇ ਨੇ ਸੋਚਿਆ ਹੈ ਕਿ ਜਿੱਡੀ ਕੋਈ ਗੱਲ ਸੀ ਕਹਿੰਦੇ ਸੀ ਓਡੀ ਦਿਖੀ ਨਹੀਂ ਭਾਈ ਮਰਦਾਨੇ ਨੂੰ। ਦੋਹਰਾ ਬਹੁਤ ਸ੍ਰੀ ਗੁਰ ਆਪ ਉੱਠ ਪਹਿਰੇ ਪੈਰ ਖਰਾਬ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉੱਠ ਕੇ ਆਪ ਵੇਖਣ ਵਾਸਤੇ ਚਲੇ ਗਏ, ਜਿਨ੍ਹਾਂ ਨੇ ਆਪਣੇ ਚਰਨਾਂ ਦੇ ਵਿੱਚ ਖੜਾਵਾਂ ਪੈਂਦੀਆਂ ਹਨ। ਚਾਰ ਦੀਵਾਲੀ ਅੰਤਰੇ ਗਏ ਗੋਰ ਜਿਹੇ ਥਾਮ, ਚਾਰ ਦੀਵਾਰੀ ਦੇ ਅੰਦਰ ਗਏ ਨੇ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਰਸੂਲ ਅੱਲਾ ਦੀ ਜਿੱਥੇ ਕਬਰ ਹੈ ਉਸ ਜਗ੍ਹਾ ਉੱਪਰ ਮਹਾਰਾਜ ਚਲੇ ਗਏ, ਪੈਰੀ ਚਰਨੀ ਖੜਾਵਾਂ ਹਨ। ਮੁਲਾਨੇ ਬਹੁ ਜਹਾਂ ਵੈਸੇ ਕਰ ਹੀ ਸੇਵ, ਜਿੱਥੇ ਬਹੁਤੇ ਮੁਲਾਣੇ ਬੈਠੇ ਹੋਏ ਸੇਵਾ ਕਰਦੇ ਪਏ ਹਨ। ਸ੍ਰੀ ਨਾਨਕ ਕੋ ਦੇਖ ਕਰ ਬੋਲੇ ਲਖਿਓ ਨਾ ਭੇਵ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਦੇਖ ਕੇ ਕਹਿਣ ਲੱਗੇ ਭੇਦ ਨਹੀਂ ਜਾਣਿਆ, ਸਮਝੇ ਨਹੀਂ ਵੀ ਇਹ ਕੌਣ ਨੇ, ਬਸ ਦੇਖ ਕੇ ਹੀ ਕਹਿਣ ਲੱਗੇ ਹਨ। ਉਹ ਹੈ ਪੈਰ ਖਰਾਬ ਤੋਂ
ਪੈਰ ਸਮੀਪ ਹੈ ਆਏ। ਵੀ ਤੁਸੀਂ ਕੌਣ ਹੋ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਖੜਾਵਾਂ ਨੇ, ਤੇ ਖੜਾਵਾਂ ਪਾ ਕੇ ਤੁਸੀਂ ਮੁਹੰਮਦ ਸਾਹਿਬ ਦੀ ਪਵਿੱਤਰ ਜਗ੍ਹਾ ਦੇ ਅੰਦਰ ਆ ਗਏ ਹੋ। ਮਤ ਤੇਰੀ ਅਣਜਾਣ ਹੈ, ਜਾਰਤ ਰੀਤ ਨਾ ਪਾਏ। ਕਹਿੰਦੇ ਤੁਸੀਂ ਅਣਜਾਣ ਹੋ, ਤੁਹਾਨੂੰ ਪਤਾ ਨਹੀਂ ਹੈ ਵੀ ਜਿਹੜੀ ਯਾਤਰਾ ਵਾ ਉਹਦੇ ਅਸੂਲ ਨਹੀਂ ਪਤਾ। ਵੈਸੇ ਜਿਹੜੀ ਲੱਕੜ ਦੀ ਖੜਾ ਹੁੰਦੀ ਹੈ ਪਾ ਕੇ ਤੁਸੀਂ ਜਾ ਸਕਦੇ ਲੰਗਰ ਦੇ ਵਿੱਚ, ਜਾਂ ਫਿਰ ਤੁਸੀਂ ਉਹਨੂੰ ਉੱਥੇ ਹੀ ਰੱਖ ਸਕਦੇ, ਉਹਨੂੰ ਬਾਹਰ ਨਾ ਲਿਆਓ। ਤਾਂ ਮਹਾਰਾਜ ਜੀ ਸਿੱਖਿਆ ਦੇਣ ਦਾ ਤਰੀਕਾ ਹੁੰਦਾ ਸੀ, ਮਹਾਰਾਜ ਕਰ ਲੈਂਦੇ ਸੀ ਇੱਦਾਂ, ਲੋਕਾਂ ਨੂੰ ਇਕੱਠੇ ਕਰਨ ਵਾਸਤੇ ਇੱਦਾਂ ਦੀ ਕੋਈ ਘਟਨਾ ਉਹ ਕਰਦੇ ਹੁੰਦੇ ਸੀ, ਕੋਈ ਲੀਲਾ ਕਰਦੇ। ਤਾਂ ਤੁਹਾਨੂੰ ਯਾਤਰਾ ਦੇ ਅਸੂਲ ਨਹੀਂ ਪਤਾ। ਯਾਤਰਾ ਦੇ ਅਸੂਲ ਜਿਹੜੇ ਨੇ, ਚਰਨੀ ਖੜਾ ਪਾ ਕੇ ਤੁਸੀਂ ਅੰਦਰ ਨਹੀਂ ਆ ਸਕਦੇ ਚਾਰ ਦੀਵਾਰੀ ਵਿੱਚ। ਅਦਬ ਮੁਹੰਮਦ ਕੋ ਨਾ ਕੀਏ ਇਹੋ ਰਸੂਲ ਮੁਕਾਮ। ਤੁਸੀਂ ਮੁਹੰਮਦ ਸਾਹਿਬ ਜੀ ਦੇ ਮੁਕਾਮ ਦਾ, ਰਸੂਲ ਜੀ ਦੇ ਮੁਕਾਮ ਦਾ ਅਦਬ ਨਹੀਂ ਕਰਦੇ, ਸਤਿਕਾਰ ਨਹੀਂ ਕਰਦੇ ਹੋ। ਪਾਛੇ ਹਟ ਦਿਓ ਅਗੈ ਸੁਣ ਬੋਲੇ ਗੁਣ ਧਾਮ। ਮੁਕਾਮ ਕਹਿੰਦੇ ਨੇ ਰਹਿਣ ਵਾਲੀ ਥਾਂ। ਤਾਂ ਜਦੋਂ ਆਖਿਆ ਨਾ ਇਹ ਮੁਹੰਮਦ ਸਾਹਿਬ ਦੀ ਰਹਿਣ ਵਾਲੀ ਥਾਂ ਵਾ, ਇੱਥੇ ਉਹਨਾਂ ਦਾ ਸਰੀਰ ਮਿੱਟੀ ਦੇ ਵਿੱਚ ਦੱਬਿਆ ਗਿਆ ਸੀ, ਤਾਂ ਪਾਛੇ ਹਟ ਜਾਈਏ, ਅਵੇ ਤੁਸੀਂ ਪਿੱਛੇ ਹਟ ਜਾਓ। ਤਾਂ ਫਿਰ ਮਹਾਰਾਜ ਜੀ ਨੇ ਉੱਥੇ ਇੱਕ ਸ਼ਬਦ ਉਚਾਰਨ ਕੀਤਾ ਸ਼੍ਰੀ ਰਾਗ ਅੰਦਰ, ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਰਹਿਣ ਵਾਲੀ ਥਾਂ ਕਿਹੜੀ ਆ ਦੁਨੀਆਂ 'ਤੇ, ਵੀ ਦੁਨੀਆਂ ਦਾ ਕੋਈ ਰਹਿਣ ਵਾਲੀ ਥਾਂ ਹੈ ਨਹੀਂ, ਸਭ ਨੂੰ ਹੀ ਜਾਣਾ ਪੈਂਦਾ। ਤਾਂ ਤੁਸੀਂ ਕਿੱਦਾਂ ਕਹਿ ਦਿੱਤਾ ਵੀ ਇਹ ਮੁਕਾਮ, ਮੁਕਾਮ ਕੋਈ ਨਹੀਂ ਹੈ ਸੰਸਾਰ ਦੇ ਵਿੱਚ, ਸਭ ਸਰਾਵਾਂ ਨੇ, ਮੁਕਾਮ ਥੋੜ੍ਹੀ, ਇਹ ਤਾਂ ਸਰਾਵਾਂ ਨੇ, ਰਾਤ ਕੱਟੋ ਅਤੇ ਤੁਰੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਮੁਕਾਮ ਕਰ ਘਰ ਬੈਸਣਾ ਨਿੱਤਰ ਨੈ ਕੀ ਧੋਖ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜਿਹੜਾ ਘਰ ਬਣਾ ਕੇ ਆਪਾਂ ਬਹਿੰਦੇ ਹਾਂ, ਮੁਕਾਮ ਜਗ੍ਹਾ ਬਣਾ ਕੇ ਆਪਾਂ ਬਹਿੰਦੇ ਹਾਂ, ਤਾਂ ਸੱਚੇ ਪਾਤਸ਼ਾਹ ਕਹਿਣ ਲੱਗੇ ਨਿੱਤ ਚੱਲਣੇ ਕੀ ਧੋਖ। ਠੀਕ ਹੈ, ਅਸੀਂ ਘਰ ਤਾਂ ਬਣਾ ਲੈਂਦੇ, ਮਕਾਨ ਤਾਂ ਬਣਾ ਲੈਂਦੇ, ਪਰ ਇਹ ਸਾਨੂੰ ਪਤਾ ਹੈ ਵੀ ਸਾਨੂੰ ਇਹਨਾਂ ਮਕਾਮਾਂ ਦੇ ਵਿੱਚੋਂ ਜਾਣਾ ਪੈਣਾ, ਇਹਦੇ ਵਿੱਚੋਂ ਆਪਾਂ ਨੂੰ ਕੱਢ ਦੇਣਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿਸੇ ਮੁਰਦੇ ਨੂੰ ਕੋਈ ਘਰ 'ਚ ਰੱਖਦਾ, ਕੋਈ ਨਹੀਂ ਰੱਖਦਾ, ਅਖੀਰ ਬਾਹਰ ਕੱਢਣਾ ਹੀ ਪੈਂਦਾ ਨਾ। ਤਾਂ ਇਹ ਸੰਸਾਰ ਦੀਆਂ ਜਿੰਨੀਆਂ ਜਗ੍ਹਾ ਨੇ ਮਹਾਰਾਜ ਕਹਿੰਦੇ ਮੁਕਾਮ ਨਹੀਂ, ਸਭ ਨੂੰ ਜਾਣਾ ਪੈਂਦਾ ਹੈ। ਜੈਸੇ ਰੈਣ ਪ੍ਰਾਹੁਣੇ ਉੱਠ ਚੱਲ ਸੇ ਪ੍ਰਭਾਤ, ਜਿਵੇਂ ਕੋਈ ਪ੍ਰਾਹੁਣਾ ਰਾਤ ਕੱਟਣ ਆਇਆ ਉਹਨੂੰ ਸਵੇਰੇ ਜਾਣਾ ਪੈਣਾ ਹੈ। ਕਿਆ ਤੂੰ ਰੱਤਾ ਗ੍ਰਿਸਤ ਸਿਓ ਸਭ ਫੁੱਲਾਂ ਕੀ ਬਾਗਾਤ, ਇਸੇ ਤਰ੍ਹਾਂ ਤੂੰ ਜਿਹੜਾ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਰੱਬ ਨੂੰ ਭੁੱਲਾ ਫਿਰਦਾ ਹੈ, ਇਹ ਪਰਿਵਾਰਕ ਮੋਹ ਫੁੱਲਾਂ ਦੀ ਨਿਆਈ ਹੈ, ਪਤਾ ਨਹੀਂ ਕਦੋਂ ਇਹਨਾਂ ਨੇ ਮੁਰਝਾ ਜਾਣਾ ਹੈ, ਖਤਮ ਹੋ ਜਾਣਾ ਹੈ, ਫੁੱਲ ਹਮੇਸ਼ਾ ਖਿੜੇ ਨਹੀਂ ਰਹਿੰਦੇ। ਤਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਥੇ ਕਿਸੇ ਨੇ ਨਹੀਂ ਰਹਿਣਾ ਦੁਨੀਆਂ ਵਿੱਚ, ਕਹਿੰਦੇ ਆ ਵੀ ਮੇਰਾ ਮੁਕਾਮ ਇਹ ਹੈ,
ਆ ਸਾਡਾ ਘਰ ਆ ਜੀ, ਸਾਡੇ ਨਾਂ ਆ, ਰਜਿਸਟਰੀ ਕਰਾਈ ਆ, ਬਿੱਲ ਵੀ ਸਾਡੇ ਨਾਂ ਆਉਂਦਾ ਹੈ, ਕੋਈ ਮਜਾਲ ਆ ਸਾਡੇ ਤੋਂ ਖੋਲੂਗਾ? ਪਰ ਮਹਾਰਾਜ ਕਹਿੰਦੇ ਜਾਣਾ ਪੈਂਦਾ ਸਭ ਨੂੰ ਛੱਡ ਕੇ, ਕਿਸੇ ਦਾ ਘਰ ਨਹੀਂ ਹੈ ਇੱਥੇ ਸੰਸਾਰ ਵਿੱਚ ਪੱਕਾ। ਮੁਕਾਮ ਤਾਂ ਪਰ ਜਾਣੀ ਹੈ ਜਾ ਰਹੇ ਨਿਹਚਲ ਲੋਕ। ਮੁਕਾਮ ਤਾਂ ਤੁਸੀਂ ਤਾਂ ਕਹਿ ਸਕਦੇ ਹੋ ਵੀ ਜੇ ਸੰਸਾਰ ਨਿਹਚਲ ਹੋਵੇ। ਸੰਸਾਰ ਦੀ ਕੋਈ ਚੀਜ਼ ਨਿਸ਼ਚਲ ਹੈ ਹੀ ਨਹੀਂ, ਸਭ ਸੰਸਾਰ ਦੀਆਂ ਵਸਤੂਆਂ ਹੌਲੀ ਹੌਲੀ ਖਤਮ ਹੁੰਦੀਆਂ ਜਾ ਰਹੀਆਂ ਨੇ, ਦ੍ਰਿਸ਼ਟਮਾਨ ਹੈ ਸਕਲ ਮਥੇਨਾ। ਤਾਂ ਇਸ ਕਰਕੇ ਸੰਸਾਰ ਨੂੰ ਤੁਸੀਂ ਰਹਿਣ ਦਾ ਟਿਕਾਣਾ ਨਹੀਂ ਕਹਿ ਸਕਦੇ। ਦੁਨੀਆ ਕੈਸ ਮੁਕਾਮੇ, ਤਾਂ ਦੁਨੀਆ ਫਿਰ ਕਿਸ ਤਰ੍ਹਾਂ ਦੀ ਮੁਕਾਮ ਹੈ? ਕਰ ਸਿਦਕ ਕਰਨੀ ਖਰਚ ਬਾਦ ਲਾਗ ਰਹੋ ਨਾਮੇ। ਇਸ ਕਰਕੇ ਮੇਰੇ ਭਰਾਓ, ਇਸ ਦੁਨੀਆਂ ਵਿੱਚ ਰਹਿੰਦੇ ਸਿਦਕ ਧਾਰ ਕੇ, ਯਕੀਨ ਰੱਖ ਕੇ, ਕਰਨੀ ਕਮਾਈ ਸੇਵਾ ਸਿਮਰਨ ਜਿੰਨਾ ਹੋ ਸਕਦਾ ਇਹ ਖਰਚ ਇਕੱਠਾ ਕਰ, ਪੈਸਾ ਇਕੱਠਾ ਕਰਕੇ ਪੱਲੇ ਬੰਨ ਲੈ, ਤੇ ਨਾਮ ਨੂੰ ਲੱਗਾ ਰਹਿ ਸਾਰੀ ਉਮਰ, ਨਾਮ ਦੀ ਕਮਾਈ ਕਰ, ਤੇ ਇਹ ਖਰਚ ਲੈ ਕੇ ਤੁਰਦਾ ਬਣ ਦੁਨੀਆਂ ਤੋਂ। ਜੋਗੀ ਤਾਸਣ ਕਰ ਬਹਿ ਮੁੱਲਾ ਬਹਿ ਮੁਕਾਮ। ਹੁਣ ਜਿਹੜੇ ਜੋਗੀ ਨੇ ਉਹ ਵੀ ਆਸਣ ਬੰਨ ਕੇ ਬਹਿੰਦੇ ਹਨ, ਮੁੱਲਾ ਜਿਹੜੇ ਨੇ ਉਹਨਾਂ ਨੇ ਜਗ੍ਹਾ ਬਣਾਈ ਹੁੰਦੀ ਹੈ, ਉੱਥੇ ਬੈਠੇ ਰਹਿੰਦੇ ਨੇ ਮਸੀਤਾਂ ਦੇ ਵਿੱਚ ਵੀ, ਇਹ ਸਾਡੀ ਥਾਂ ਵਾ, ਇੱਥੇ ਅਸੀਂ ਰਹਿੰਦੇ ਹਾਂ। ਜੋਗੀ ਕੰਦਰਾਂ ਵਿੱਚ ਬੈਠੇ ਨੇ ਚੌਂਕੜੇ ਮਾਰ ਕੇ ਵੀ, ਇਹ ਸਾਡੀ ਥਾਂ ਹੈ ਰਹਿਣ ਦੀ, ਇੱਥੇ ਅਸੀਂ ਰਹਿਣਾ ਹੈ। ਜਿੱਦਾਂ ਨਿਆਣਿਆਂ ਨੇ ਆਪੋ ਆਪਣੇ ਕਮਰੇ ਮੱਲੇ ਹੁੰਦੇ ਵੀ ਇਹ ਮੇਰੀ ਥਾਂ ਹੈ, ਇਹ ਮੇਰਾ ਹੈ, ਤਾਂ ਇੱਦਾਂ ਸਭਨਾਂ ਨੇ ਆਪੋ ਆਪਣੇ ਮੁਕਾਮ ਕਾਇਮ ਕੀਤੇ ਹਨ। ਪੰਡਿਤ ਵਖਾਣੇ ਪੋਥੀਆ ਸਿੱਧ ਬਹਿ ਦੇਵ ਸਥਾਨ। ਪੰਡਿਤ ਜਿਹੜੇ ਨੇ ਇਹ ਆਪਣੇ ਘਰ ਦੇ ਵਿੱਚ ਪੋਥੀਆਂ ਪੜ੍ਹਦੇ ਨੇ, ਪੜ੍ਹਾਉਂਦੇ ਹਨ, ਇਹ ਆਪਣੀ ਜਗ੍ਹਾ ਬਣਾਉਂਦੇ ਨੇ। ਸਿੱਧ ਜਿਹੜੇ ਨੇ ਉਹ ਦੇਵਤਿਆਂ ਦੇ ਥਾਵਾਂ 'ਤੇ ਬੈਠੇ ਹਨ। ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ। ਤਾਂ ਜਿੰਨੇ ਵੀ ਆ ਸਾਧ ਸੰਗਤ ਜੀ, ਸੁਰ ਦੇਵਤੇ ਸਿੱਧ ਸ਼ਕਤੀ ਵਾਲੇ ਗਣ ਮਹਾਰਾਜ ਸ਼ਿਵ ਦੇ ਸੇਵਾਦਾਰ ਗੰਧਰਵ, ਨੱਚਣ ਟੱਪਣ ਵਾਲੇ ਤਾਂ ਗਾਉਣ ਵਾਲੇ ਮੁਨੀ, ਮਨਨਸ਼ੀਲ ਜਨ ਪਿਆਰੇ ਸ਼ੇਖ ਪੀਰ ਸਲਾਰ ਸਰਦਾਰ ਆਦਿਕ ਜਿੰਨੇ ਹਨ, ਵਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣਹਾਰ। ਸਭ ਕੂਚ ਦਰ ਕੂਚ ਕਰ ਜਾਣਗੇ, ਸਭ ਆਪੋ ਆਪਣੀ ਵਾਰੀ ਸੰਸਾਰ ਤੋਂ ਤੁਰ ਜਾਣਗੇ, ਸਭ ਨੂੰ ਜਾਣਾ ਪਵੇਗਾ। ਮਹਾਰਾਜ ਜੀ ਕਹਿੰਦੇ ਹਨ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆਂ ਅੱਗੇ ਮਿਲਣ ਕੇ ਨਾ। ਮਹਾਰਾਜ ਜੀ ਕੀ ਕਹਿੰਦੇ ਨੇ, ਸਭ ਨੂੰ ਜਾਣਾ ਪੈਂਦਾ ਸੰਸਾਰ ਦੇ ਵਿੱਚੋਂ। ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ, ਹਰ ਘਰ ਦੇ ਵਿੱਚ ਇਹ ਸੱਦਾ ਇੱਕ ਦਿਨ ਆਉਣਾ ਹੀ ਹੈ। ਵੈਸੇ ਤਾਂ ਵਿਆਹ ਵੇਲੇ ਗੁੱਸੇ ਵੀ ਹੋਈਦਾ ਵੀ ਫਲਾਣੇ ਨੂੰ ਕਾਰਡ ਨਹੀਂ ਦੇਣਾ, ਪਰ ਜਿਹੜਾ ਮੌਤ ਨਾਲ ਤੇਰਾ ਵਿਆਹ ਹੋਣਾ, ਕਹਿੰਦੇ ਸਭ ਨੂੰ ਸੱਦੇ ਆ ਰਹੇ ਆ, ਸਭ ਦੇ ਘਰ ਪਹੁੰਚਣੇ ਆ। ਇਸ ਕਰਕੇ ਜਦੋਂ ਵਿਆਹ ਕਰਦੇ ਦੁਆਬੇ ਦੇ ਵਿੱਚ ਤੇਲ ਚੜ੍ਹਾਉਂਦੇ ਆ,
ਲੜਕੀ ਨੂੰ ਜਾਂ ਮਾਈਏ ਕਹਿ ਦਿੰਦੇ ਹਨ। ਇਸ ਕਰਕੇ ਵਿਰਾਗ ਰੂਪੀ ਤੇਲ ਚੜ੍ਹਾ, ਸੰਸਾਰ ਤੋਂ ਤੂੰ ਤੁਰ ਜਾਣਾ ਹੈ। ਜਿਹਨੂੰ ਮਹਾਰਾਜ ਨੇ ਆਖਿਆ ਜੈ ਕਰ ਕੀਰਤਾਖੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹ ਸੋਹਿਲਾ ਸਿਵਰਹ ਸਿਰਜਣ ਹਾਰੋ, ਤੁਮ ਗਾਵਹ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ, ਸਦਾ ਸੁਖ ਹੋਏ ਰਹਾ। ਨਿਤ ਨਿਤ ਜੀੜੇ ਸੰਭਾਲੀਏ ਨ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾ ਤੇ ਕਮਣ ਸੁਬਾਰ। ਰੋਜ਼ ਸਿਮਰਨ ਕਰਿਆ ਕਰ, ਫਿਰ ਇੱਕ ਦਿਨ ਵੇਖ ਲਏਗਾ ਰੱਬ ਨੂੰ, ਦੇਖੇਗਾ ਦੇਵਣ ਹਾਰ। ਤਾਂ ਮਹਾਰਾਜ ਜੀ ਕੀ ਕਹਿੰਦੇ ਨੇ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਵਿਰਾਗ ਰੂਪੀ ਤੇਲ ਪਾਉਣਾ ਚਾਹੀਦਾ ਹੈ। ਦੇਹੋ ਸੱਜਣ ਸੀਸੜੀਆਂ, ਬੜੀਆਂ ਵਧਾਈਆਂ ਦਿੰਦੇ ਨੇ, ਫਲਾਨੇ ਦਾ ਵਿਆਹ, ਫਲਾਨੀ ਲੜਕੀ ਦਾ ਵਿਆਹ, ਉਹਦੀਆਂ ਸਹੇਲੀਆਂ, ਉਹਦੇ ਸੱਜਣ ਮਿੱਤਰ ਉਹਨੂੰ ਬੜੀਆਂ ਵਧਾਈਆਂ ਦਿੰਦੇ ਨੇ। ਮਹਾਰਾਜ ਕਹਿੰਦੇ ਹੇ ਸੰਤੋ, ਹੇ ਗੁਰੂ ਕੇ ਸਿੱਖੋ, ਬ੍ਰਹਮ ਗਿਆਨੀਓ, ਉਹ ਸਾਡੇ ਸੱਜਣ ਹਨ। ਹੇ ਸੰਤੋ ਅਸੀਸ ਦਿਓ ਵੀ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਪਈਏ। ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇ। ਮਾ ਮੌਤ ਰੂਪੀ ਸੱਤਾ ਹਰ ਘਰ ਆ ਰਿਹਾ, ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ, ਨਾਨਕ ਸੇ ਦੇਹ ਆਵੰਨ। ਉਹ ਜਿਹੜੇ ਦਿਨ ਆ ਨਾ ਦਿਨ, ਉਹ ਤਰੀਕ, ਉਹ ਦਿਨ ਵਿਆਹ ਵਾਲਾ ਕਹਿੰਦੇ ਆਉਂਦਾ ਪਿਆ ਹੈ ਤੇਰਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ, ਕਬੀਰ ਸਾਹਿਬ ਜੀ ਨੇ ਵੀ ਆਖਿਆ ਵੀ ਸਭ ਨੂੰ ਜਾਣਾ ਪੈਂਦਾ ਹੈ। ਵੈਸੇ ਗਰੀਬ ਬੰਦੇ ਦਾ ਕਈ ਵਾਰੀ ਚੰਗੇ ਬੰਦੇ ਲਿਹਾਜ਼ ਕਰ ਲੈਂਦੇ ਆ ਵੀ ਇਹ ਗਰੀਬ ਆ, ਮਾਤੜ ਆ, ਤੁਸੀਂ ਇਹਨੂੰ ਨਾ ਕੁਝ ਕਹੋ, ਪਰ ਦੇਖ ਲਓ ਇਹ ਮੌਤ ਲਿਹਾਜ਼ ਨਹੀਂ ਕਰਦੇ। ਬਿਮਾਰ ਬੰਦੇ ਦਾ ਲਿਹਾਜ਼ ਕਰ ਲਈਦਾ ਹੈ। ਚਲੋ ਜਿੱਡਾ ਮਰਜ਼ੀ ਪਾਪੀ ਹੋਵੇ, ਬੱਚੇ ਦਾ ਤਾਂ ਲਿਹਾਜ਼ ਕਰਦਾ ਹੀ ਹੈ ਨਾ, ਬੱਚੇ ਦਾ ਤਾਂ ਲਿਹਾਜ਼ ਸਾਰੇ ਹੀ ਕਰ ਜਾਂਦੇ ਵੀ ਇਹਦਾ ਨਿਆਣਾ ਹੁਣ ਇਹਨੂੰ ਕੀ ਕਹੀਏ, ਕਿ ਨਿਆਣੇ ਦਾ ਕੰਮ ਆ, ਇਹਨੇ ਕੰਮ ਕੋਈ ਵੀ ਸਿਰੇ ਚਾੜਦਾ ਹੀ ਨਹੀਂ, ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ। ਨਿਆਣੇ ਨੂੰ ਕੰਮ ਕਹਿਣ ਲਈ ਭੇਜੋਗੇ, ਉਹਨੇ ਤਾਂ ਉਹ ਤੇ ਖੇਡਣ ਲੱਗ ਪੈਣਾ, ਕਦੀ ਰਾਸ ਨਾ ਕਰੂਗਾ, ਕਦੀ ਸਿਰੇ ਨਾ ਚੜਾਊਗਾ। ਤਾਂ ਫਿਰ ਬੱਚੇ ਦਾ ਤਰਸ ਤੇ ਸਾਰੀ ਦੁਨੀਆ ਹੀ ਕਰ ਲੈਂਦੀ ਹੈ, ਪਰ ਮਹਾਰਾਜ ਕਹਿੰਦੇ ਨਾ ਭਰਾ, ਇਹ ਮੌਤ ਨਹੀਂ ਤਰਸ ਕਰਦੀ। ਐਸੋ ਇਹ ਸੰਸਾਰ ਪਿੱਖ ਨਾ ਰਹਿਣ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤੱਕਾ ਦਵਈ ਹੈ ਰੇ। ਸਿੱਧਾ ਤੁਰ, ਬੰਦਿਆਂ ਵਾਲੀਆਂ ਕਰਤੂਤਾਂ ਕਰ ਲਈ ਦੇ, ਧੱਕੇ ਬੜੇ ਪੈਣੇ ਤੈਨੂੰ, ਛਿੱਤਰ ਬੜੇ ਪੈਣੇ, ਤੇ ਉੱਥੇ ਬਚਾਉਣ ਵਾਲਾ ਤੈਨੂੰ ਕੋਈ ਨਹੀਂ ਹੋਣਾ। ਰੱਬ ਦੀ ਡਾਂਗ ਬਹੁਤ ਤਗੜੀ ਆ, ਜਦੋਂ ਮਾਰਦਾ ਕਹਿੰਦੇ ਖੜਾਕੜੀ ਕਰਦਾ, ਉਦੋਂ ਪਤਾ ਲੱਗਦਾ ਜਦੋਂ ਸਭ ਕੱਖਾਂ ਵਾਂਗੂ ਰੋਲ ਦਿੰਦਾ ਹੈ। ਤਾਂ ਮਹਾਰਾਜ ਜੀ ਕਬੀਰ ਸਾਹਿਬ ਕੀ ਕਹਿੰਦੇ, ਐਸੋ ਇਹੋ ਸੰਸਾਰ ਪਿੱਖ ਨਾ ਰਹਿਣ ਨਾ ਕੋ ਪਈ ਹੈ ਰੇ, ਸੂਦੇ ਸੂਦੇ ਹਰੇਕ ਚਲੋ ਤੁਮ ਨਦਰ ਕੋ ਧੱਕਾ ਦਵਈ ਹੈ ਰੇ। ਬਾਰੇ ਬੁੱਢੇ ਤਰਨੇ ਭਈਆ ਸਭ ਹੋ ਜੰਮ ਲੈ ਜਈ ਹੈ ਰੇ, ਮਾਨਸ ਬੱਪਰਾ ਬੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਮੀਚ ਮੌਤ ਬਲਈਆ ਬਿੱਲੀ,
ਜਿਵੇਂ ਬਿੱਲੀ ਚੂਹੇ ਨੂੰ ਨਹੀਂ ਛੱਡਦੀ, ਇੱਦਾਂ ਮੌਤ ਜੀਵ ਨੂੰ ਨਹੀਂ ਛੱਡਦੀ। ਧਨਵੰਤਾ ਜਿੰਨਾ ਮਰਜ਼ੀ ਪੈਸੇ ਵਾਲਾ ਹੋਵੇ, ਔਰ ਨਿਰਧਨਮਨਈ ਜਿੰਨਾ ਮਰਜ਼ੀ ਕੰਗਾਲ ਹੋਵੇ, ਕੋਈ ਲਿਹਾਜ਼ ਨਹੀਂ। ਤਾਂ ਕਿ ਕਛੂ ਨਾ ਕਾਂਡੀ ਰੇ, ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਡਾਲੀ ਰੇ। ਨੌਵੇਂ ਪਾਤਸ਼ਾਹ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਗੱਲ ਹੀ ਨਿਬੇੜਤੀ, ਕਹਿੰਦੇ ਜਿਹੜੀ ਚੀਜ਼ ਪੈਦਾ ਹੋਈ ਉਹ ਖਤਮ ਹੋਣੀ, ਜੋ ਉਪਜਿਓ ਸੋ ਬਿੰਸ ਹੈ, ਪਰੋ ਪਰਸੋਂ ਆਜ, ਅੱਜ ਕਾਲ ਕੱਲ, ਪਤਾ ਨਹੀਂ ਪਰਸੋਂ, ਪਤਾ ਨਹੀਂ ਅੱਜ, ਤੇ ਪਤਾ ਨਹੀਂ ਕੱਲ, ਚਲੇ ਜਾਣੀ। ਜੋ ਉਪਜਿਓ ਸੋ ਬਿੰਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੇ, ਸ਼ਾੜ ਸਗਲ ਜੰਜਾਲ। ਮਹਾਰਾਜ ਜੀ ਤਾਂ ਇੱਥੋਂ ਤੱਕ ਬਾਣੀ ਚ ਕਹਿ ਦਿੰਦੇ, ਕਹਿੰਦੇ ਇਹ ਤਾਂ ਖੇਤੀ ਆ ਜ਼ਿਮੀਦਾਰ ਦੀ। ਹੁਣ ਜਿਹੜਾ ਜ਼ਿਮੀਦਾਰ ਆ ਉਹਦੀ ਮਰਜ਼ੀ ਆ, ਕੱਚੀ ਵੱਢ ਲੇ, ਪੱਕੀ ਵੱਢ ਲੇ, ਨਿਆਣੇ ਨੂੰ ਲੈ ਜੇ, ਸਿਆਣੇ ਨੂੰ ਲੈ ਜੇ, ਕਹਿੰਦੇ ਕੋਈ ਲਿਹਾਜ਼ ਨਹੀਂ, ਖੇਤੀ ਆ। ਜੈਸੇ ਕਿਰਸਾਨ ਬੋਵੈ ਕਿਰਸਾਣੀ, ਕਾਚੀ ਪਾਕੀ ਵਾੜ। ਇਸੇ ਤਰ੍ਹਾਂ ਸੰਸਾਰ ਦਾ ਹਾਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ, ਇੱਥੇ ਵੱਡੇ ਵੱਡੇ ਪੰਡਿਤ, ਜੋਗੀ, ਮੁੱਲਾ, ਸਿੱਧ, ਜਿਨ੍ਹਾਂ 'ਚ ਸ਼ਕਤੀਆਂ ਸੀ, ਸੁਰ ਦੇਵ ਤੇ ਗਣ ਗੰਧਰਵ, ਮੁਨ ਜਨ, ਸ਼ੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ, ਸਭ ਕੂਚ ਦਰ ਕੂਚ ਕਰ ਗਏ, ਆਪੋ ਆਪਣੀ ਵਾਰੀ ਤੇ ਸਭ ਤੁਰ ਗਏ ਨੇ ਸੰਸਾਰ ਦੇ ਵਿੱਚੋਂ। ਅਮਰੇ ਤੇ ਚੱਲਣ ਹਾਰ ਜਿਹੜੇ ਇੱਥੇ ਬੈਠੇ ਨੇ, ਇਹਨਾਂ ਨੇ ਵੀ ਚਲੇ ਜਾਣਾ ਇੱਕ ਦਿਨ। ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ। ਵੱਡੇ ਵੱਡੇ ਸੁਲਤਾਨ ਖਾਨ, ਮਲੂਕ, ਰਾਜੇ, ਉਮਰੇ, ਵਜ਼ੀਰ, ਇਹ ਵੀ ਕੂਚ ਕਰ ਗਏ ਨੇ ਸੰਸਾਰ ਦੇ ਵਿੱਚੋਂ। ਗਈ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੂਚ। ਪਤਾ ਨੀ ਘੜੀ, ਪਤਾ ਨੀ ਮੋਹਤ, ਚੱਲਣਾ ਪੈਣਾ ਹੈ ਇਹ ਦਿਲ ਦੇ ਵਿੱਚ, ਚੰਗੀ ਤਰ੍ਹਾਂ ਸਮਝ ਲੈ, ਗਾਫਲ ਨਾ ਹੋ, ਬੇਸਮਝ ਨਾ ਬਣ। ਉਹ ਤੇਰੇ ਕੋਲੇ ਵੀ ਪਹੁੰਚਣ ਵਾਲੀ ਹੈ, ਜਿਹੜੀ ਸਭਨਾ ਕੋਲੇ ਆਉਂਦੀ ਹੈ। ਸ਼ਬਦਾ ਹੈ ਮਾਹੇ ਬਖਾਣੀ ਹੈ, ਵਿਰਲਾ ਤਾਂ ਬੁਝੈ ਕੋਏ। ਪਰ ਸੰਸਾਰ ਦਾ ਹਾਲ ਕੀ ਹੈ, ਕਹਿੰਦੇ ਸ਼ਬਦਾਂ ਦੇ ਵਿੱਚ ਤੇ ਬੜੀ ਵਿਆਖਿਆ ਕਰਦੇ ਆ, ਇੱਕ ਦੂਜੇ ਨੂੰ ਜਦੋਂ ਮਤਾਂ ਦਿੰਦੇ ਉਦੋਂ ਤੇ ਬੜੀਆਂ ਗੱਲਾਂ ਕਰਦੇ ਆ, ਵੀ ਤੂੰ ਨਾਲ ਖੜਨਾ ਕੋਈ, ਤੂੰ ਨਾਲ ਲੈ ਕੇ ਜਾਣ। ਜਿਵੇਂ ਸਿਆਣੇ ਬੰਦੇ ਜਦੋਂ ਫੈਸਲਾ ਕਰਾਉਂਦੇ ਹੁੰਦੇ ਨਾ, ਉਹ ਕਹਿੰਦੇ ਹੁੰਦੇ ਆ ਵੀ ਨਾ ਲੜੋ ਤੁਸੀਂ, ਪੈਸਾ ਨਾ ਹੱਥਾਂ ਦੀ ਮੈਲ, ਇੱਦਾਂ ਹੀ ਕਹਿੰਦੇ ਹੁੰਦੇ ਨਾ ਆ ਬਜ਼ੁਰਗ ਬੈਠੇ, ਪੈਸਾ ਹੱਥਾਂ ਦੀ ਮੈਲ, ਆਉਂਦਾ ਜਾਂਦਾ ਰਹਿੰਦਾ, ਪਰ ਜਦੋਂ ਆਪਦੀ ਵਾਰੀ ਆਉਂਦੀ ਨਾ ਉਦੋਂ ਰੁਪਈਆ ਛੱਡ ਕੇ ਰਾਜੀ ਨਹੀਂ ਹੁੰਦੇ। ਕਹਿੰਦੇ ਦੂਜੇ ਨੂੰ ਮਤਾਂ ਦੇਣ ਨੂੰ ਤਗੜੇ ਆ, ਪਰ ਜਦੋਂ ਆਪਦੀ ਵਾਰੀ ਆਉਂਦੀ ਫਿਰ ਕਹਿੰਦੇ ਇਹਦੇ ਦਿਲ ਦੀ ਕੋਰ ਆ, ਕੋਰ ਮੈਨੇ ਟੁਕੜਾ। ਉਹ ਤਾਂ ਫਿਰ ਜੇਬ ਵੇਖ ਲਓ ਆ ਤੁਸੀਂ, ਆ ਜਿੰਨੇ ਸਿੰਘ ਬੈਠੇ ਕਿੱਥੇ ਜੇਬਾਂ ਲੱਗਦੀਆਂ, ਇੱਥੇ ਹੀ ਲੱਗਦੀਆਂ ਫਿਰ ਨਾ ਦਿਲ ਦੇ ਉੱਤੇ, ਇਹ ਤਾਂ ਦਿਲ ਦੀ ਕੋਰ ਆ ਕਹਿੰਦੇ ਮਹਾਰਾਜ। ਤਾਂ ਇਸ ਕਰਕੇ ਦੂਜਿਆਂ ਨੂੰ ਸਮਝਾਉਣਾ ਬੜਾ ਔਖਾ ਸੌਖਾ ਹੈ, ਸ਼ਬਦਾਂ ਵਿੱਚ ਵਿਆਖਿਆ ਕਰਨੀ ਸੌਖੀ ਆ ਪਰ ਅਸਰ ਕਰਨਾ ਔਖਾ।
ਵਿਰਲਾ ਤਾਂ ਬੂਝੈ ਕੋਏ, ਕੋਈ ਵਿਰਲਾ ਹੀ ਇਸ ਗੱਲ ਨੂੰ ਬੁੱਝਦਾ। ਕਿਉਂ ਬੰਦਾ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਆਣ ਕੇ ਮੋਹ ਦੇ ਵਿੱਚ ਫਸ ਜਾਂਦਾ। ਜਿਵੇਂ ਕੋਈ ਬੱਚਾ ਘਰ ਤੋਂ ਵਿਛੜ ਜਾਂਦਾ ਹੈ ਤਾਂ ਉਹਨੂੰ ਥੋੜ੍ਹੇ ਸਮੇਂ ਲਈ ਘਰ ਭੁਲਾਉਣ ਵਾਸਤੇ ਮਠਿਆਈ ਦੇਣੀ ਪੈਂਦੀ ਹੈ, ਖਿਡੌਣੇ ਦੇਣੇ ਪੈਂਦੇ ਹਨ, ਤਾਂ ਉਹ ਮਠਿਆਈ ਅਤੇ ਖਿਡੌਣਿਆਂ ਵਿੱਚ ਖੁੱਭ ਜਾਂਦਾ। ਥੋੜ੍ਹੇ ਸਮੇਂ ਲਈ ਉਹ ਘਰ ਭੁੱਲ ਜਾਂਦਾ ਹੈ, ਬਾਪ ਭੁੱਲ ਜਾਂਦਾ, ਮਾਈ ਭੁੱਲ ਜਾਂਦਾ ਹੈ, ਪਰ ਉਹ ਜਿਹੜੇ ਖਿਡੌਣੇ ਨੇ ਉਹ ਕਿੰਨਾ ਕੁ ਚਿਰ ਉਹਦਾ ਚਿੱਤ ਪਰਚਾਉਣਗੇ। ਇੱਕ ਨਾ ਇੱਕ ਦਿਨ ਤੇ ਉਹ ਚਿੱਤ ਅੱਕ ਜਾਵੇਗਾ ਉਹਦੇ ਕੋਲੋਂ, ਤੇ ਉਹ ਫਿਰ ਰੋਵੇਗਾ ਆਪਣੀ ਮਾਂ ਨੂੰ ਯਾਦ ਕਰ ਕਰ, ਪਿਓ ਨੂੰ ਯਾਦ ਕਰਕੇ। ਇਸੇ ਤਰ੍ਹਾਂ ਜੀਵ ਰੂਪੀ ਬੱਚਾ ਸੰਸਾਰ ਰੂਪੀ ਮੇਲੇ ਵਿੱਚ ਗਵਾਚ ਗਿਆ, ਮਾਇਆ ਨੇ ਮੋਹ ਰੂਪੀ ਪਦਾਰਥ ਦੇ ਕੇ ਰੱਬ ਨੂੰ ਥੋੜ੍ਹੇ ਚਿਰ ਲਈ ਭੁਲਾ ਦਿੱਤਾ ਹੈ। ਪਰ ਜਦੋਂ ਇਹ ਸੁਪਨਾ ਟੁੱਟੇਗਾ, ਜਦੋਂ ਇਹ ਅੱਕ ਜਾਵੇਗਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਜਦੋਂ ਐਸੀ ਅਵਸਥਾ ਬਣ ਜਾਵੇਗੀ ਤਾਂ ਫਿਰ ਇਹਨੂੰ ਪਤਾ ਲੱਗੂ ਵੀ ਦੁਨੀਆਂ ਦੇ ਮੈਂ ਸਾਰੇ ਪਦਾਰਥ ਭਾਵੇਂ ਇਕੱਠੇ ਕਰਨਾ, ਪਰ ਜਿੰਨਾ ਚਿਰ ਮੈਂ ਆਪਣੇ ਘਰ ਨਹੀਂ ਜਾਂਦਾ, ਆਪਣੇ ਮਾਈ ਬਾਪ ਪਿਤਾ ਪਰਮੇਸ਼ਰ ਗੁਰੂ ਨੂੰ ਨਹੀਂ ਮਿਲਦਾ, ਉਨਾ ਚਿਰ ਸ਼ਾਂਤੀ ਨਹੀਂ। ਰਾਜ ਕਮਾਵੇ ਦਹਿ ਦਿਸ ਨਾਰੀ, ਭਾਵੇਂ ਸਾਰੀ ਦੁਨੀਆਂ ਦਾ ਰਾਜ ਕਮਾਵੇ, ਪਰ ਜਦੋਂ ਸੁਪਨਾ ਟੁੱਟ ਜਾਂਦਾ ਫਿਰ ਇਹ ਘਾੜੀ ਖਤਮ ਹੋ ਜਾਂਦੀ ਹੈ। ਤਾਂ ਇਹ ਤਾਂ ਮਾਇਆ ਜਿਹੜੀ ਹੈ ਇਹ ਸਾਧ ਸੰਗਤ ਦੀ ਭੁਲਾ ਦਿੰਦੀ ਹੈ। ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮਨਾ ਕਿਉਂ ਤੜਫਦਾ ਮਨ ਮੂਰਖ ਕਾਹੇ ਬਿਲ ਲਾਈਏ, ਕਿਉਂ ਰੋਂਦਾ ਵਾ ਕਿਉਂ ਤੜਫਦਾ ਪੁਰਖ ਲਿਖੇਗਾ। ਇਹ ਸੰਸਾਰ ਦੇ ਵਿੱਚ ਕੁਝ ਵੀ ਕਹਿੰਦੇ ਤੇਰੇ ਨਾਲ ਨਹੀਂ ਜਾਣਾ ਸੰਸਾਰ ਦੇ ਵਿੱਚ, ਪਰ ਇਹ ਮੋਹ ਬੰਦੇ ਨੂੰ ਕੁਝ ਚਿਰ ਵਾਸਤੇ ਦੁਨੀਆਂ ਦੀਆਂ ਚੀਜ਼ਾਂ ਰੱਬ ਤੋਂ ਬੇਮੁੱਖ ਕਰ ਛੱਡਦੀਆਂ ਹਨ, ਵੀ ਇਹਨੂੰ ਚੇਤਾ ਨਾ ਹੀ ਆਵੇ ਉਹਦਾ, ਇੰਨਾ ਖੁੱਭ ਜਾਂਦਾ ਇਹਦੇ ਵਿੱਚ। ਤਾਂ ਇਹ ਦੋ ਚੀਜ਼ਾਂ ਤੇ ਸੱਜਣਾ ਟੁੱਟਣੀਆਂ ਹੀ ਟੁੱਟਣੀਆਂ, ਇੱਕ ਸਾਸ ਤੇ ਇੱਕ ਸਾਥ। ਵਿਦਵਾਨਾਂ ਨੇ ਦੋ ਚੀਜ਼ਾਂ ਮੰਨੀਆਂ, ਕਹਿੰਦੇ ਇਹਦੇ ਟੁੱਟਣੀਆਂ ਟੁੱਟਣੀਆਂ, ਸਾਥ ਵੀ ਟੁੱਟਣੇ ਆ ਤੇ ਸਵਾਸ ਵੀ ਇੱਕ ਦਿਨ ਟੁੱਟਣੇ, ਇਹ ਤਾਂ ਖਤਮ ਹੋਣੇ। ਤਾਂ ਇਸ ਕਰਕੇ ਇਹ ਸਮਾਂ ਮਹਾਰਾਜ ਜੀ ਨੇ ਦਿੱਤਾ ਹੈ। ਮਨੁੱਖਾ ਜਨਮ ਕਾਹਦੇ ਵਾਸਤੇ ਦਿੱਤਾ? ਇਹ ਬਹੁਤਾ ਪੈਸਾ ਕਮਾਉਣ ਵਾਸਤੇ ਨਹੀਂ ਹੈ, ਬਹੁਤਾ ਭੋਗ ਭੋਗਣ ਵਾਸਤੇ ਨਹੀਂ ਹੈ, ਪਦਾਰਥ ਇਕੱਠੇ ਕਰਨ ਵਾਸਤੇ ਨਹੀਂ ਹੈ। ਵੈਸੇ ਦੁਨੀਆਂ ਦੇ ਕਿਸੇ ਵੀ ਧਾਰਮਿਕ ਗ੍ਰੰਥ 'ਚ ਇਹ ਨਹੀਂ ਕਿਤੇ ਪੜ੍ਹਿਆ ਵੀ ਮਨੁੱਖਾ ਜਨਮ, ਕਿਸੇ ਸ਼ਾਸਤਰ ਵਿੱਚ ਵੀ ਨਹੀਂ ਇਹ ਪੜ੍ਹਿਆ ਵੀ ਮਨੁੱਖਾ ਜਨਮ ਰੁਪਈਏ ਇਕੱਠੇ ਕਰਨ ਵਾਸਤੇ ਹੈ, ਮਨੁੱਖਾ ਜਨਮ ਹਰਿਸ਼ਟ ਪੁਸ਼ਟ ਹੋਣ ਵਾਸਤੇ ਹੈ, ਮਨੁੱਖਾ ਜਨਮ ਪਦਾਰਥ ਇਕੱਠੇ ਕਰਨ ਵਾਸਤੇ। ਪਰ ਇੱਕ ਜਗ੍ਹਾ ਇਹ ਜ਼ਰੂਰ ਪੜ੍ਹਿਆ ਧੰਨ ਗੁਰੂ ਗ੍ਰੰਥ ਸਾਹਿਬ 'ਚ ਵੀ, ਮਨੁੱਖਾ ਜਨਮ ਰੱਬ ਨੂੰ ਮਿਲਣ ਵਾਸਤੇ। ਕਿੱਥੇ? ਆਪਾਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਮਰੀ, ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਗਤ ਕੇਵਲ ਨਾ। ਤਾਂ ਇਸ ਕਰਕੇ ਸਾਧ ਸੰਗਤ ਜੀ, ਤਾਂ ਇਹ ਜਿਹੜੀ ਮਨੁੱਖਾ ਜਨਮ ਦੀ ਵਾਰੀ ਇਹ ਸਮਾਂ ਹੈ,
ਇਹ ਤਾਂ ਮਹਾਰਾਜ ਦਾ ਸ਼ੁਕਰ ਕਰਨਾ ਚਾਹੀਦਾ ਹੈ ਵੀ ਹਰ ਪਲ ਜਿਹੜਾ ਵੀ ਪਲ ਤੁਹਾਨੂੰ ਮਿਲਦਾ ਸੈਕਿੰਡ ਮਿਲਦਾ ਸ਼ੁਕਰ ਹੀ ਕਰਨਾ ਚਾਹੀਦਾ ਹੈ। ਜਿਹੜੀ ਸਵੇਰੇ ਆਪਣੀ ਜਾਗ ਖੁੱਲਦੀ ਹੈ ਉਹ ਅਚਨਚੇਤ ਨਹੀਂ ਖੁੱਲਦੀ, ਉਹ ਅਜੇ ਤੁਹਾਡੇ ਕਰਮ ਰਹਿੰਦੇ ਆ ਤਾਂ ਤੁਹਾਡੀ ਸਵੇਰੇ ਅੱਖ ਖੁੱਲਦੀ ਹੈ, ਅਤੇ ਜਿੱਦਣ ਉਹ ਕਰਮ ਖਤਮ ਹੋ ਗਏ ਉੱਦਣ ਅਗਲਿਆਂ ਕਹਿਣਾ ਬਾਪੂ ਸੁੱਤਾ ਹੀ ਰਹਿ ਗਿਆ, ਭਾਈ ਨੂੰ ਛੱਡੋ ਪਾਠ ਕਰੇ ਸਿਰਾਣੇ ਬਹਿ ਕੇ, ਵੀ ਪਹਿਲਾਂ ਦੇ ਨੇ ਕੀਤਾ ਨਹੀਂ ਹੁਣ ਇਹਦੇ ਸਿਰਾਣੇ ਬਹਿ ਕੇ ਮੈਂ ਕਿਹੜਾ ਪਾਠ ਕਰਨਾ, ਤਾਂ ਫਿਰ ਕਹਿਣਗੇ ਵੀ ਸੁੱਤਾ ਰਹਿ ਗਿਆ। ਤਾਂ ਜਦੋਂ ਬੰਦੇ ਦੇ ਕੁਝ ਕਰਮ ਸਮਾਪਤ ਹੋ ਜਾਂਦੇ ਇੱਕ ਜਨਮ ਦੇ, ਤਾਂ ਜੇ ਸਵੇਰੇ ਅੱਖ ਖੁੱਲਦੀ ਆ ਤਾਂ ਤੁਹਾਨੂੰ ਕੁਝ ਮੌਕਾ ਦਿੱਤਾ ਜਾ ਰਿਹਾ ਵਾ ਹਰ ਰੋਜ਼ ਵੀ ਤੂੰ ਕੁਝ ਨਾ ਕੁਝ ਕਰ ਲੈ, ਵੀ ਬਾਅਦ 'ਚ ਨਾ ਕਹੀਂ, ਹਰ ਰੋਜ਼ ਇੱਕ ਮੌਕਾ ਮਿਲਦਾ ਸ਼ੁਕਰ ਹੈ ਉਹਦਾ। ਤਾਂ ਕਹਿੰਦੇ ਸਮੇਂ ਦੀ ਜਿਹੜੀ ਕਦਰ ਹੈ, ਕਿਸੇ ਨੇ ਬੜਾ ਸੋਹਣਾ ਲਿਖਿਆ ਸੀ ਇੱਕ ਜਗ੍ਹਾ, ਕਹਿੰਦੇ ਸਾਲ ਦੀ ਕਦਰ ਉਹਨੂੰ ਹੁੰਦੀ ਹੈ ਜਿਹਨੇ ਸਾਰਾ ਸਾਲ ਮਿਹਨਤ ਕੀਤੀ ਹੋਵੇ ਅਤੇ ਫੇਲ ਹੋ ਗਿਆ ਹੋਵੇ ਤਾਂ ਪੜ੍ਹਾਈ ਦੇ ਵਿੱਚ ਉਹਨੂੰ ਪੁੱਛੋ ਵੀ ਸਾਲ ਕੀ ਹੁੰਦਾ ਹੈ। ਮਹੀਨੇ ਦੀ ਕਦਰ ਉਹਨੂੰ ਹੈ ਜਿਹਨੇ ਇੱਥੇ ਤੁਹਾਡੇ ਸਾਰਾ ਮਹੀਨਾ ਮਿਹਨਤ ਕੀਤੀ ਹੋਵੇ ਅਤੇ ਕਿਸੇ ਬੇਈਮਾਨ ਨੇ ਸੇਠ ਨੇ ਮਾਲਕ ਨੇ ਤਨਖਾਹ ਹੀ ਨਾ ਦਿੱਤੀ ਹੋਵੇ, ਪੈਸੇ ਹੀ ਮਾਰ ਗਿਆ ਹੋਵੇ, ਇਹਦੇ ਕਿਹੜਾ ਕਾਗਜ਼ ਹੈਗੇ, ਕਿਹੜਾ ਸ਼ਿਕਾਇਤ ਕਰ ਸਕਦਾ, ਉਹਨੂੰ ਪੁੱਛੋ ਮਹੀਨੇ ਦੀ ਕਦਰ ਕੀ। ਇਸੇ ਤਰ੍ਹਾਂ ਹਫ਼ਤੇ ਦੀ ਕਦਰ ਕਿਹਨੂੰ ਹੋਊਗੀ, ਬਈ ਜਿਹੜਾ ਹਸਪਤਾਲ ਮੰਜੇ 'ਤੇ ਲੰਮਾ ਪਿਆ ਉਹਨੂੰ ਪੁੱਛੋ ਟਾਈਮ ਕਿੱਦਾਂ ਲੰਘਦਾ। ਇਸੇ ਤਰ੍ਹਾਂ ਦਿਨ ਦੀ ਕਦਰ ਕਿਹਨੂੰ ਹੈ, ਇਸੇ ਤਰ੍ਹਾਂ ਇੱਕ ਘੰਟੇ ਦੀ ਕਦਰ ਕਿਹਨੂੰ ਹੈ, ਇੱਕ ਸੈਕਿੰਡ ਦੀ ਕਦਰ ਕਿਹਨੂੰ ਹੈ। ਤਾਂ ਇੱਦਾਂ ਸਾਧ ਸੰਗਤ, ਹੁਣ ਜਿਹਦੀ ਫਲਾਈਟ ਲੰਘ ਗਈ ਆ ਉਹਨੂੰ ਪੁੱਛੋ ਇੱਕ ਘੰਟੇ ਦੀ ਕਦਰ ਕੀ ਹੁੰਦੀ ਹੈ, ਸਾਰੀ ਦਿਹਾੜੀ ਬੂਥਾ ਚੁੱਕ ਕੇ ਵੇਖੀ ਜਾਂਦਾ, ਕਦੀ ਆਉਣ ਨੂੰ ਕਦੀ ਐਂ ਨੂੰ ਟਾਈਮ ਲੰਘਦਾ ਨਹੀਂ। ਇੱਕ ਸੈਕਿੰਡ ਦੀ ਕਦਰ ਕਿਹਨੂੰ ਆ, ਉਹ ਅੱਜ ਜਦੋਂ ਅਸੀਂ ਗੱਡੀ ਦੇ ਵਿੱਚ ਆਉਂਦੇ ਸੀ ਇੱਕ ਸੈਕਿੰਡ ਦੀ ਕਦਰ ਉੱਥੇ ਪਈ, ਤਾਂ ਜਦੋਂ ਤੁਸੀਂ ਐਕਸੀਡੈਂਟ ਹੋਣ ਤੋਂ ਬਚ ਜਾਂਦੇ ਆ ਉਦੋਂ ਤੁਹਾਨੂੰ ਪਤਾ ਲੱਗੂ ਇੱਕ ਸੈਕਿੰਡ ਦੀ ਕਦਰ ਕੀ, ਜਦੋਂ ਐਂ ਸ਼ੂ ਕਰਦੀ ਗੱਡੀ ਲੱਗ ਕੇ ਉਹਦੀ ਲੰਘ ਜੂ ਪਰ ਬਚੇਗਾ। ਤਾਂ ਇਸ ਕਰਕੇ ਜਿੰਨੇ ਵੀ ਤੂੰ ਸੈਕਿੰਡ ਜ਼ਿੰਦਗੀ 'ਚ ਜਿਉਣਾ ਸੱਜਣਾ ਸ਼ੁਕਰ ਕਰ, ਸ਼ੁਕਰ ਕਰ, ਨਹੀਂ ਤੇ ਜਿੱਦਣ ਤੇਰਾ ਇੱਕ ਜਨਮ ਦਾ ਹਿਸਾਬ ਮੋਕਿਆ ਉੱਥੇ ਹੀ ਘੜੀ ਖਤਮ ਹੋ ਜਾਣੀ। ਹੱਥਾਂ ਦੇ ਵਿੱਚ ਗੁੱਟਾਂ 'ਤੇ ਘੜੀਆਂ, ਗੁੱਟ 'ਤੇ ਘੜੀ ਆ ਪਰ ਹੱਥ 'ਚ ਕਿਸੇ ਦੇ ਘੜੀ ਨਹੀਂ ਹੈ, ਕਮਰਿਆਂ 'ਚ ਘੜੀਆਂ ਨੇ ਪਰ ਸਮਾਂ ਕਿਸੇ ਦੇ ਹੱਥ ਦੇ ਵਿੱਚ ਨਹੀਂ ਆ, ਆਪਣੀ ਚਾਲ ਚੱਲਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਇੱਥੋਂ ਸੰਸਾਰ ਤੋਂ ਦੋ ਚੀਜ਼ਾਂ 'ਤੇ ਟੁੱਟਣੀਆਂ ਹੀ ਟੁੱਟਣੀਆਂ, ਇੱਕ ਸ਼ਵਾਸ ਇੱਕ ਸਾਥ, ਇਹ ਵੀ ਹਰੇਕ ਦਾ ਸੰਸਾਰ ਦੇ ਵਿੱਚੋਂ ਖਤਮ ਹੋਣਾ ਹੈ। ਇਹ ਸਮਾਂ ਦੁਬਾਰਾ ਸਾਧ ਸੰਗਤ ਜੀ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਜੀ ਕੀ ਕਹਿੰਦੇ, ਡਾਕਟਰ ਭਾਈ ਵੀਰ ਸਿੰਘ ਜੀ ਦੀਆਂ ਕਵਿਤਾ ਦੇ ਵਿੱਚ ਬੜਾ ਸੋਹਣਾ ਅੰਕਿਤ ਕੀਤਾ ਹੈ। ਉਹ ਕਹਿੰਦੇ ਕੱਲ ਚੁੱਕੀ ਹੈ ਬੀਤ, ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ, ਨਹੀਂ ਵਿੱਚ ਹੱਥਾਂ ਆਈ, ਕੱਲ ਤੇ ਬੀਤ ਗਿਆ ਭਲਕ ਅਜੇ ਆਉਣੀ ਹੱਥ 'ਚ ਨਹੀਂ,
ਤੇ ਬੰਦੇ ਦੇ ਕੋਲ ਇਹ ਹੈ ਕਿ ਫਿਰ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਅੱਜ ਦਾ ਦਿਨ ਆਪਣੇ ਕੋਲ ਹੈ ਪਰ ਇਹ ਵੀ ਫਿਕਰਾਂ 'ਚ ਹੀ ਖਤਮ ਕਰ ਲੈਣਾ। ਕਹਿੰਦੇ ਕੱਲ ਭਲਕ ਨੂੰ ਸੋਚ, ਅੱਜ ਇਹ ਮੁਫਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਰਸ ਪੀਂਦੇ ਹਾਂ, ਕੱਲ ਤੇ ਤੁਹਾਡੇ ਹੱਥ 'ਚ ਨਹੀਂ ਲੰਘ ਗਿਆ, ਭਲਕ ਉਹ ਵੀ ਤੁਹਾਡੇ ਹੱਥ 'ਚ ਨਹੀਂ ਚਲੇਗੀ, ਉਹ ਤੇ ਆਇਆ ਹੀ ਨਹੀਂ, ਅਜੇ ਭਵਿੱਖ ਤੇ ਆਇਆ ਹੀ ਨਹੀਂ, ਅੱਜ ਦਾ ਦਿਨ ਤੁਹਾਡੇ ਹੱਥ 'ਚ ਆ, ਅੱਜ ਬਾਣੀ ਪੜ੍ਹ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਰਸ ਪੀਂਦੇ ਹਾਂ, ਬਦਗੀ ਕਰਦੇ ਹਾਂ ਮਹਾਰਸ ਪੀਂਦੇ ਹਾਂ। ਤੇ ਕੀ ਕਹਿੰਦੇ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰੰਗ ਹਰ ਕੀਰਤ ਚਾਉਂਦੇ ਦਾ। ਇੱਕ ਜਗ੍ਹਾ ਭਾਈ ਸਾਹਿਬ ਨੇ ਹੋਰ ਵੀ ਬੜਾ ਸੋਹਣਾ ਲੱਗਿਆ ਨਾ, ਕਹਿੰਦੇ ਮੈਂ ਬੜੀਆਂ ਮਿੰਨਤਾਂ ਕੀਤੀਆਂ ਸਮੇਂ ਅੱਗੇ, ਟਾਈਮ ਅੱਗੇ ਬੜੀਆਂ ਮਿੰਨਤਾਂ ਕੀਤੀਆਂ ਵੀ ਰੁਕ ਜਾਓ ਰੁਕ ਜਾਓ ਰੁਕ ਜਾਓ, ਪਰ ਨਹੀਂ ਰਹੀ ਵਾਸਤੇ ਘੱਟ, ਸਮੇਂ ਨੇ ਇੱਕ ਨਾ ਮੰਦੀ, ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ। ਅੱਗੇ ਸ਼ਾਇਦ ਆਉਂਦਾ ਵੀ ਕੋਈ ਅਟਕ ਪਾਈ ਜੋ ਭੰਨੀ ਤ੍ਰਿਖੀ, ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਕਹਿੰਦੇ ਸਮਾਂ ਰੋਕਣਾ ਨਹੀਂ, ਇਸ ਕਰਕੇ ਦੋ ਚੀਜ਼ਾਂ ਇੱਥੇ ਖਤਮ ਹੋਣੀਆਂ ਹੀ ਹੋਣੀਆਂ, ਟੁੱਟਣੀਆਂ ਟੁੱਟਣੀਆਂ, ਜੋ ਮਰਜ਼ੀ ਕਰ ਲਾ, ਇੱਕ ਸਾਸ ਅਤੇ ਇੱਕ ਬੰਦੇ ਦਾ ਸਾਥ, ਇਹ ਖਤਮ ਹੋਣਾ ਹੀ ਆ ਇੱਕ ਦਿਨ। ਇਸ ਕਰਕੇ ਮਹਾਰਾਜ ਕਹਿੰਦੇ, ਕਹਿੰਦੇ ਤੇ ਸਾਰੇ ਆ ਪਰ ਅਸਰ ਕੋਈ ਨਹੀਂ, ਗੱਲ ਤਾਂ ਕਰਦੇ ਆ ਸਾਰੇ ਪਰ ਇਹ ਚੀਜ਼ ਦਾ ਅਸਰ ਨਹੀਂ ਕਰਦੇ ਹਨ। ਨਾਨਕ ਵਖਾਣੇ ਬੇਨਤੀ, ਜਲ ਥਲ ਮਹੀਅਲ ਸੋਏ। ਜਿਹੜਾ ਜਲ ਥਲ ਮਹੀਅਲ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਅੱਗੇ ਬੇਨਤੀ ਕਰਕੇ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ। ਅਲਾਹ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ। ਜਿਹੜਾ ਅੱਲਾ ਹੈ, ਅਲਖ ਹੈ, ਅਗੰਮ ਹੈ, ਕਿਰਪਾ ਕਰਨ ਵਾਲਾ, ਤਰਸ ਕਰਨ ਵਾਲਾ, ਕਰਨ ਹਾਰ ਪਰਮੇਸ਼ਰ ਹੈ। ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਸਾਰੀ ਦੁਨੀਆਂ ਆਉਣ ਵਾਲੀ ਹੈ, ਜਾਣ ਵਾਲੀ ਹੈ, ਮੁਕਾਮ ਕੌਣ ਆ, ਰਹਿਣ ਵਾਲਾ ਕੌਣ ਆ, ਇੱਕ ਰਹੀਮ, ਇੱਕ ਰੱਬ ਹੀ ਰਹਿਣ ਵਾਲਾ ਹੈ, ਬਾਕੀ ਸਭ ਆਉਣ ਜਾਣ ਵਾਲੇ ਹਨ। ਮੁਕਾਮ ਕਿਸਨੋ ਆਖੀਐ ਜਿਸ ਸਸਨਾ ਹੋਵੀ ਲੇਖ। ਰਹਿਣ ਵਾਲਾ ਤੇ ਇੱਕ ਰੱਬ ਹੀ ਆ, ਜਿਹਦੇ ਸਿਰ ਤੇ ਲੇਖ ਕੋਈ ਨਹੀਂ ਹੈ। ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਅਸਮਾਨ ਧਰਤੀ ਇਹ ਨਹੀਂ ਸਦਾ ਰਹਿਣੇ, ਤੇ ਦੁਨੀਆਂ ਨੇ ਕੀ ਰਹਿਣਾ, ਇੱਕ ਰੱਬ ਹੀ ਰਹਿੰਦਾ ਹੈ ਸੰਸਾਰ ਵਿੱਚ। ਦਿਨ ਰੱਬ ਚੱਲੈ ਨਿਸ ਸੱਸ ਚੱਲੈ ਤਾਰ ਕਾ ਲੱਖ ਪਲੋਏ। ਦਿਨ ਲੰਘਦੇ ਜਾ ਰਹੇ ਨੇ, ਰਾਤਾਂ ਲੰਘਦੀਆਂ ਜਾ ਰਹੀਆਂ ਨੇ, ਇਸੇ ਤਰ੍ਹਾਂ ਸੂਰਜ ਨੇ ਵੀ ਚਲੇ ਜਾਣਾ, ਚੰਦਰਮਾ ਨੇ ਵੀ ਚਲੇ ਜਾਣਾ,
ਤਾਰਿਆਂ ਨੇ ਵੀ ਇੱਕ ਦਿਨ ਖਤਮ ਹੋਣਾ ਹੈ ਆਪਣੀ ਉਮਰ ਤੇ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮੁਕਾਮ ਮੁਕਾਮ ਕਰੀ ਜਾਂਦੇ, ਮੁਕਾਮ ਆ ਮੁਕਾਮ ਨਹੀਂ ਦੁਨੀਆਂ, ਰਹਿਣ ਵਾਲੀ ਨਹੀਂ ਦੁਨੀਆਂ, ਰਹਿਣ ਵਾਲਾ ਤੇ ਸਿਰਫ ਰੱਬ ਹੀ ਹੈ, ਪਰਮਾਤਮਾ ਹੀ ਆ, ਵਾਹਿਗੁਰੂ ਹੀ ਹੈ। ਇਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਦੋਹਰਾ ਸ਼ਬਦ ਪੜਿਓ ਸ਼੍ਰੀ ਬਦਨ ਜਬ ਨਿਵੀ ਗੋਰ ਪਦ ਔਰ। ਹੁਣ ਆਹ ਜਿਹੜੀ ਗੱਲ ਆ ਨਾ, ਇਹਦੀ ਵਿਆਖਿਆ ਕੱਲ ਨੂੰ ਕਰਨੀ ਹੈ, ਪਰ ਹੈ ਬੜੀ ਕਮਾਲ ਦੀ। ਕਹਿੰਦੇ ਜਦੋਂ ਮਹਾਰਾਜ ਨੇ ਸ਼ਬਦ ਪੜਿਆ, ਮੁਹੰਮਦ ਸਾਹਿਬ ਦੀ ਕਬਰ ਉੱਠ ਕੇ ਖੜੀ ਹੋ ਗਈ ਤੇ ਕਬਰ ਨੇ ਉੱਠ ਕੇ ਨਮਸਕਾਰ ਕੀਤੀ, ਸਤਿਕਾਰ ਕੀਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ। ਨਮਸਕਾਰ ਕਰ ਪੁਨ ਹਟੀ ਹੈਰਾਨੀ ਨਿਜ ਠੌਰ। ਸਤਿਕਾਰ ਕਰਕੇ ਫਿਰ ਆਪਣੀ ਜਗ੍ਹਾ ਤੇ ਉਸੇ ਤਰ੍ਹਾਂ ਹੀ ਚਿਣੀ ਗਈ, ਟੇਕ ਗਈ, ਲੰਬੇ ਪੈ ਗਈ, ਉੱਥੇ ਹੀ ਚਲੇ ਗਈ। ਤਾਂ ਇਹ ਗੱਲ ਕਹਿੰਦੇ ਉੱਥੇ ਇੱਕ ਅਸਚਰਜ ਘਟਨਾ ਹੋਈ ਹੈ ਜਿਹਨੂੰ ਆਮ ਬੰਦਾ ਯਕੀਨ ਵਾਲਾ ਤੇ ਮੰਨੂਗਾ, ਤਰਕਵਾਦੀ ਨਹੀਂ ਮੰਨੇਗਾ। ਇਹਦੀ ਵਿਆਖਿਆ ਫਿਰ ਆਪਾਂ ਕੱਲ੍ਹ ਨੂੰ ਕਰਾਂਗੇ ਕਿ ਇਹ ਹੋ ਸਕਦਾ ਕਿ ਨਹੀਂ ਹੋ ਸਕਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ ਸਤਿਕਾਰਯੋਗ ਬ੍ਰਹਮ ਬੇਤੇ ਨਾਮ ਰਸੀਏ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਰਾਜਯੋਗੀ ਮਹਾਂਪੁਰਸ਼ ਹੋਏ ਨੇ, ਉਹਨਾਂ ਦੀ ਪਵਿੱਤਰ ਯਾਦ ਇਸ ਐਤਵਾਰ ਗੁਰੂ ਘਰ ਵਿਖੇ ਸੇਵਕ ਪਰਿਵਾਰ ਵੱਲੋਂ ਔਰ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬੜੇ ਪ੍ਰੇਮ ਦੇ ਨਾਲ ਮਨਾਈ ਜਾ ਰਹੀ ਹੈ। ਨਾਲ ਨਾਲ ਦਮਦਮੀ ਟਕਸਾਲ ਸਾਹਿਬ ਕਮਾਲ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਵਰੋਸ ਹੋਈ ਹੋਈ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਉਹ ਵੀ ਪ੍ਰੇਮ ਦੇ ਨਾਲ ਉਤਸ਼ਾਹ ਦੇ ਨਾਲ ਸੰਗਤਾਂ ਦੇ ਸਹਿਯੋਗ ਸਦਕਾ ਇਸੇ ਐਤਵਾਰ ਮਨਾਇਆ ਜਾਣਾ ਹੈ। ਅਗਲੇ ਐਤਵਾਰ ਦਮਦਮੀ ਟਕਸਾਲ ਦੇ ਦਸਵੇਂ ਮੁਖੀ ਪਰਮ ਪੂਜਨੀਕ ਬ੍ਰਹਮ ਦੇਸ਼ ਜੀ ਬ੍ਰਹਮ ਸਰੋਤਰੀ ਮਹਾਂਪੁਰਸ਼ ਸੰਤ ਬਾਬਾ ਬਿਸ਼ਨ ਸਿੰਘ ਜੀ ਮਹਾਰਾਜ ਮੁਰਾਰੇ ਵਾਲੇ, ਉਹਨਾਂ ਦਾ ਪਵਿੱਤਰ ਜੋੜ ਮੇਲਾ, ਇਸੇ ਤਰ੍ਹਾਂ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਕਹਿਣੀ ਕਥਨੀ ਦੇ ਪੂਰੇ ਸੂਰੇ, ਇੱਕ ਸ਼ਬਦ ਜਿਨ੍ਹਾਂ ਨੇ ਰੱਟਿਆ ਸੀ ਸਵਾਸ ਵਾਸ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਐਸੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਬਰਸੀ ਸਲਾਨਾ ਯਾਦ ਉਹ ਵੀ ਅਗਲੇ ਐਤਵਾਰ 19 ਤਰੀਕ ਬਣਦੀ ਹੈ, ਉੱਦਣ ਮਨਾਈ ਜਾਣੀ ਹੈ। ਦੁਪਹਿਰ ਦੇ ਸਮੇਂ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣੇ ਨੇ। ਸੋ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਦਰਸ਼ਨ ਦੇਣ ਦੀ ਕਿਰਪਾਲਤਾ ਕਰਦੀ ਜੀ, ਅਤੇ 18 ਤਰੀਕ ਤੱਕ ਇਹ ਰਾਤ ਦੀ ਕਥਾ ਦੀ ਹਾਜ਼ਰੀ ਜਿਹੜੀ ਹੈ 7:30 ਤੋਂ 8:30 ਇਹ ਮਹਾਂਪੁਰਖਾਂ ਵੱਲੋਂ ਦਾਸ ਨੂੰ ਹੁਕਮ ਹੋਇਆ ਹੈ ਕਥਾ ਕਰਨ ਦਾ। ਸੋ ਇਹ ਬੇਨਤੀ ਸੰਗਤ ਨੇ ਪ੍ਰਵਾਨ ਕਰਨੀ, ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਦੀ ਜੀ, ਭੁੱਲ ਚੁੱਕ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਸਮਤ ਬਖਸ਼ਿਓ,
ਆਓ ਅਰਦਾਸ ਬੇਨਤੀ ਕਰਕੇ ਸਮਾਪਤੀ ਕਰੀਏ। ਲੇਖੇ ਕਦੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਸ਼ਬਦ ਪੜਿਓ ਸ੍ਰੀ ਬਦਨ ਜਬ ਨਿਵੀ ਗੁਰ ਪਦ ਓਰ, ਨਮਸਕਾਰ ਕਰ ਪੁਨ ਹਟੀ ਠਹਿਰਾਨੀ ਨਿਜ ਠੌਰ। ਵਾਹਿਗੁਰੂ ਜੀ ਕਾ ਖਾਲਸਾ। ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ।